ਬਰਾੜ ਤੁਸੀਂ ਦੇਖ ਰਹੇ ਹੋ ਜਸ ਟੀਵੀ ਜਿੰਮੀ ਬਰਾੜ ਸਾਰੇ ਦੇਖ ਰਹੇ ਸੋ ਤੈਨੂੰ ਸਤਿ ਸ੍ਰੀ ਅਕਾਲ ਤੇ ਆਪਾਂ ਪੇਸ਼ ਆ ਇਸ ਇੰਡੀਅਨਐਪਲਿਸ ਤੋਂ ਪਹਿਲਾ ਐਪੀਸੋਡ ਕਮਿਊਨਿਟੀ ਕਨੈਕਟ ਜੋ ਆਪਾਂ ਜਸ ਟੀਵੀ ਦੀ ਨੂੰ ਲੈ ਕੇ ਸ਼ੁਰੂ ਕੀਤਾ ਹੈ ਇੰਡੀਅਨਐਪਲਿਸ ਤੋਂ ਆਪਾਂ ਅੱਜ ਗੱਲਾਂ ਕਰਾਂਗੇ ਕਮਿਊਨਿਟੀ ਕਨੈਕਟ ਜਾਂ ਕਿ ਕਮਿਊਨਿਟੀ ਕਨੈਕਟ ਕੀ ਹੈ ਤੇ ਕਮਿਊਨਿਟੀ ਦੇ ਵਿੱਚ ਕੀ ਕੀ ਹੋ ਰਿਹਾ ਤੇ ਆਪਣੇ ਨਾਲ ਕਿਹੜੀਆਂ ਕਿਹੜੀਆਂ ਜਿਹੜੀਆਂ ਸ਼ਖਸੀਅਤਾਂ ਜੁੜਦੀਆਂ ਨੇ ਜਾਂ ਕਮਿਊਨਿਟੀ ਦੇ ਵਿੱਚ ਕੀ ਹੋਣ ਵਾਲਾ ਹੈ ਇਹ ਕਮਿਊਨਿਟੀ ਕਨੈਕਟ ਦਾ ਮਤਲਬ ਵੀ ਇਹੀ ਹੈ ਕਿ ਕਮਿਊਨਿਟੀ ਨੂੰ ਲੈ ਕੇ ਅੱਗੇ ਆਉਣਾ ਤਾਂ ਕਿ ਜੋ ਕਮਿਊਨਿਟੀ ਵਿੱਚ ਵਿਚਰ ਰਿਹਾ ਹੈ ਜਿਸ ਤਰ੍ਹਾਂ ਆਪਾਂ ਥੋੜ੍ਹੇ ਦੋ ਵੀਕਾਂ ਪਹਿਲਾਂ ਕਿਸਾਨਾਂ ਦਾ ਜਿਹੜਾ ਸੰਘਰਸ਼ ਬਾਰੇ ਗੱਲ ਕੀਤੀ ਸੀ ਉਹ ਡਿਫਰੈਂਟ ਸ਼ੋਅ ਸੀ ਆਪਣਾ ਜਿਹੜਾ ਸਾਂਝੇ ਮਸਲੇ ਸੀ ਉਹ ਵੀ ਲੈ ਕੇ ਆਵਾਂਗੇ ਲੇਕਿਨ ਹੁਣ ਆਪਾਂ ਪਹਿਲਾ ਐਪੀਸੋਡ ਜਿਹੜਾ ਹੈ ਆਪਣਾ ਕਮਿਊਨਿਟੀ ਕਨੈਕਟ ਦਾ ਆਪਾਂ ਹਰ ਤਰ੍ਹਾਂ ਦੀ ਕਮਿਊਨਿਟੀ ਦੀ ਗੱਲ ਕਰਨੀ ਹੈ ਕਿ ਗੁਰੂ ਘਰ ਦੇ ਵਿੱਚ ਕੀ ਹੋ ਰਿਹਾ ਜਾਂ ਜਿਹੜੀ ਇੰਡੀਅਨ ਕਮਿਊਨਿਟੀ ਹੈ ਉਹਦੇ ਵਿੱਚ ਕੀ ਹੋ ਰਿਹਾ ਤੇ ਆਪਾਂ ਇਸ ਤਰ੍ਹਾਂ ਦੀਆਂ ਗੱਲਾਂ ਜਿਹੜੀਆਂ ਲੈ ਕੇ ਜ਼ਰੂਰ ਆਵਾਂਗੇ ਕਿ ਆਪਾਂ ਕਿ ਆਪਣਾ ਮਕਸਦ ਕੀ ਹੈ ਕਮਿਊਨਿਟੀ ਕਨੈਕਟ ਦਾ ਤੇ ਆਪਾਂ ਕਮਿਊਨਿਟੀ ਕਨੈਕਟ ਨਾ ਕਿਸ ਤਰ੍ਹਾਂ ਰੱਖਿਆ ਇਹ ਸਾਰੇ ਜਿਹੜੇ ਮਸਲੇ ਆ ਜ਼ਰੂਰ ਸਾਂਝੇ ਕਰਾਂਗੇ ਪਰ ਹੁਣ ਆਪਾਂ ਇੱਕ ਆਪਣੇ ਵੀਰ ਜੁੜੇ ਨੇ ਪ੍ਰਿੰਸਪਾਲ ਸਿੰਘ ਜੀ ਜਿਨ੍ਹਾਂ ਨੂੰ ਆਪਾਂ ਜੋ ਟੀਵੀ ਨਾਲ ਜੋੜਾਂਗੇ ਕਿਉਂਕਿ ਜਿਹੜੀ ਰੈਲੀ ਹੋਣ ਜਾ ਰਹੀ ਆ ਇਸ 2 ਤਰੀਕ ਨੂੰ ਉਹਦੇ ਬਾਰੇ ਗੱਲ ਕਰਾਂਗੇ ਉਹ ਵੀ ਕਿਸਾਨਾਂ ਨੂੰ ਸਮਰਪਿਤ ਆ ਜਿਹੜੀ ਇਹ ਹੋਊਗੀ ਟਰੱਕ ਟਰੈਕਟਰ ਕਾਰ ਟਰੱਕ ਰੈਲੀ ਜਿਹੜੀ ਬੜੇ ਹੀ ਵਧੀਆ ਢੰਗ ਦੇ ਨਾਲ ਤੇ ਵਧੀਆ ਹੀ ਜਿਹੜੀ ਟ੍ਰੈਫਿਕ ਨੂੰ ਕੋਈ ਨਾ ਪਰੇਸ਼ਾਨੀ ਆਵੇ ਉਸ ਨਾਲ ਪੰਜਾਬੀ ਵੀਰਾਂ ਨੇ ਇਕੱਠੇ ਹੋ ਕੇ ਇਹਦੀ ਜਿਹੜੇ ਪ੍ਰੋਗਰਾਮ ਬਣਾਇਆ ਹੈ ਇਹ 2 ਤਰੀਕ ਨੂੰ ਹੋਣ ਜਾ ਰਿਹਾ ਇਹਦੇ ਬਾਰੇ ਕਾਫੀ ਜਾਣਕਾਰੀ ਮੇਰੇ ਕੋਲ ਹੈ ਵੀ ਪਰ ਫਿਰ ਵੀ ਆਪਾਂ ਕੁਝ ਜਾਣਕਾਰੀ ਪ੍ਰਿੰਸਪਾਲ ਸਿੰਘ ਤੋਂ ਲਵਾਂਗੇ ਪ੍ਰਿੰਸਪਾਲ ਜੀ ਤੁਹਾਨੂੰ ਇਹਦੇ ਬਾਰੇ ਥੋੜੀ ਜ਼ਿਆਦਾ ਜਾਣੀ ਦੇਣਗੇ ਇਹਨਾਂ ਨੇ ਸਾਰਾ ਕੁਝ ਜੋ ਹੈ ਇਹਨਾਂ ਨੂੰ ਸਾਰਾ ਕੁਝ ਇਕੱਠਾ ਕਰਕੇ ਸਾਰੇ ਵੀਰਾਂ ਨੂੰ ਇਕੱਠਾ ਕਰਕੇ ਇਹਨਾਂ ਨੂੰ ਸ਼ੁਰੂ ਕਰਨ ਦਾ ਪ੍ਰੋਗਰਾਮ ਬਣਾਇਆ ਹੈ ਤੇ ਲਓ ਆਪਾਂ ਮੁਲਾਕਾਤ ਕਰਾਉਂਦੇ ਹਾਂ ਪ੍ਰਿੰਸਪਾਲ ਸਿੰਘ ਜੀ ਨਾਲ ਪ੍ਰਿੰਸਪਾਲ ਸਿੰਘ ਜੀ ਤੁਹਾਡਾ ਬਹੁਤ ਨਿੱਘਾ ਸਵਾਗਤ ਹੈ ਜਸ ਟੀਵੀ ਤੇ ਸਤਿ ਸ੍ਰੀ ਅਕਾਲ ਵਾਹਿਗੁਰੂ ਖਾਲਸਾ ਵਾਹਿਗੁਰੂ ਫਤਿਹ ਜਸ ਪੰਜਾਬੀ ਵੇਖਦੇ ਸਾਰੇ ਦਰਸ਼ਕਾਂ ਨੂੰ ਮੇਰੇ ਵੱਲੋਂ ਸਤਿ ਸ੍ਰੀ ਅਕਾਲ ਹਾਂਜੀ ਹਾਂਜੀ ਪ੍ਰਿੰਸਪਾਲ ਸਿੰਘ ਜੀ ਜਿਹੜੀ ਤੁਸੀਂ ਇਨਫੋਰਮੇਸ਼ਨ ਮੈਨੂੰ ਭੇਜੀ ਸੀਗੀ ਕਿ ਆਪਾਂ ਕਮਿਊਨਿਟੀ ਦੇ ਵਿੱਚ ਆਪਾਂ 2 ਤਰੀਕ ਨੂੰ ਟਰੈਕਟਰ ਟਰੱਕ ਕਾਰ ਰੈਲੀ ਕਰਾਉਣ ਜਾ ਰਹੇ ਹਾਂ ਜਾਂ ਟਰੈਕਟਰ ਕਾਰ ਟਰੱਕ ਰੈਲੀ ਜਿੱਦਾਂ ਵੀ ਤੁਸੀਂ ਲਿਖਿਆ ਮੇਰੇ ਕੋਲ ਫਲਾਇਰ ਆਇਆ ਸੀ ਇਹਦਾ ਜਿਹੜਾ ਮੈਂ ਨਹੀਂ ਟਾਈਮ ਨਾਲ ਭੇਜ ਸਕਿਆ ਟੀਵੀ ਤੇ ਲਿਆਉਣ ਨੂੰ ਲੇਕਿਨ ਮੈਂ ਚਾਹੁੰਦਾ ਕਿ ਤੁਸੀਂ ਥੋੜ੍ਹੀ ਇਹਦੇ ਬਾਰੇ ਇਨਫੋਰਮੇਸ਼ਨ ਦਿਓ ਹਾਂਜੀ ਤੇ ਇਹ ਜਿਹੜੀ ਰੈਲੀ ਆ ਸਾਡੇ ਯੂਥ ਤੇ ਇੰਡੀਆਨਾ ਦੀ ਸਾਰੀ ਸੰਗਤ ਦੇ ਸਹਿਯੋਗ ਨਾਲ ਹੋ ਰਹੀ ਆ ਤੇ ਇਹ 2 ਜਨਵਰੀ ਦਿਨ ਸ਼ਨੀਵਾਰ ਸਮਾਂ ਹੈਗਾ 11 ਵਜੇ ਤੋਂ ਲੈ ਕੇ 3 ਦੇ ਵਿੱਚ ਹੈਗੀ ਹੈ ਤੇ ਇਹ ਜਿਹੜਾ ਰੈਲੀ ਹੈਗੀ ਆ ਕਰੀਬਨ 60 ਮੀਲਾਂ ਦੀ ਡਿਸਟੈਂਸ ਦੀ ਰੈਲੀ ਆ ਇਹ ਸ਼ੁਰੂ ਹੋਣੀ ਹੈ ਗ੍ਰੀਨਵੁੱਡ ਰੋਡ ਰੇਂਜ ਜਿੱਥੇ ਇੱਕ ਟਰੱਕ ਸਟਾਪ ਹੈ ਐਗਜ਼ਿਟ 99 ਤੇ ਇੰਟਰਸਟੇਟ 65 ਦੇ ਉੱਤੇ ਉੱਥੋਂ ਹੁੰਦੀ ਹੋਈ ਇਹ 465 ਦੇ ਲੂਪ ਤੇ ਜਾ ਕੇ ਅਸੀਂ 106 ਐਗਜ਼ਿਟ ਤੋਂ ਉੱਥੇ ਜੁੜਾਂਗੇ ਉਹਦੇ ਨਾਲ 465 ਦੇ ਰੂਟ ਤੇ ਤੇ ਉਹਦਾ ਪੂਰਾ ਕੰਪਲੀਟ ਜਿਹੜਾ ਰਾਊਟ ਹੈ ਆਪਣਾ 465 ਦਾ ਕੰਪਲੀਟ ਕਰਨ ਤੋਂ ਬਾਅਦ ਫਿਰ ਦੁਬਾਰਾ ਅਸੀਂ ਫਿਰ ਉਸੇ ਦੁਬਾਰਾ ਸੇਮ ਉਸ ਪੁਆਇੰਟ ਤੇ ਆ ਕੇ ਉਹਨੂੰ ਐਂਡ ਅਪ ਕਰਾਂਗੇ ਤੇ ਇਹਦਾ ਡਿਸਟੈਂਸ ਅਰਾਊਂਡ 60 ਮਾਈਲਸ ਦਾ ਕਰੀਬ ਹੈਗਾ ਤੇ ਇਸ ਰੈਲੀ ਦੇ ਵਿੱਚ ਟਰੱਕ ਟਰੈਕਟਰ ਕਾਰ ਮੋਟਰਸਾਈਕਲ ਹਰ ਤਰੀਕੇ ਦਾ ਜਿਹੜਾ ਆਪਣਾ ਕੋਈ ਸਾਧਨ ਲੈ ਕੇ ਆ ਸਕਦਾ ਹੈ ਤੇ ਵਿਸ਼ਾਲ ਰੈਲੀ ਹੋਣ ਜਾ ਰਹੀ ਹੈ ਇਹ ਕਾਫੀ ਸਮੇਂ ਦੇ ਬਾਅਦ ਅਸੀਂ ਇਹ ਚੀਜ਼ ਨੂੰ ਪਲਾਨ ਕੀਤਾ ਪਹਿਲਾਂ ਸਾਡੀ ਇੱਕ ਨੋਰਮਲ ਜਿਹੜੀ ਪਹਿਲਾਂ ਹੋਇਆ ਸੀਗਾ ਸਾਡੀ ਰੈਲੀ ਹੋਈ ਸੀਗੀ ਉਹ ਡਾਊਨਟਾਊਨ ਹੋਈ ਸੀਗੀ ਆਪਣੇ ਮੋਨੂਮੈਂਟ ਸਰਕਲ ਤੇ ਤੇ ਉੱਤੇ ਵੀ ਸੰਗਤ ਦਾ ਕਾਫੀ ਭਰਵਾਂ ਹੁੰਗਾਰਾ ਮਿਲਿਆ ਤੇ ਉਸੇ ਨੂੰ ਮੁੱਖ ਰੱਖਦਿਆਂ ਅਸੀਂ ਉਹਨੇ ਦੁਬਾਰਾ ਰੈਲੀ ਕੀਤੀ ਆ ਇਹ ਰੈਲੀ ਹੈਗੀ ਹੈ ਕਿਸਾਨਾਂ ਨੂੰ ਆਪਣੇ ਸਮਰਪਕ ਉਹਨਾਂ ਨੂੰ ਉਹਨਾਂ ਦੇ ਸਪੋਰਟ ਅਸੀਂ ਖੜ ਰਹੇ ਹਾਂ ਸਾਰੇ ਜਾਣੇ ਕਿਉਂਕਿ ਸਾਡੀ ਜਿਹੜੀ ਭਾਰਤ ਸਰਕਾਰ ਸੁੱਤੀ ਪਈ ਹੈ ਉਹਨੂੰ ਜਗਾਉਣ ਦੇ ਲਈ ਇਹ ਜਦੋਂ ਇੰਟਰਨੈਸ਼ਨਲ ਪ੍ਰੈਸ਼ਰ ਬਣੂਗਾ ਤਾਂ ਜਾ ਕੇ ਸਾਡੇ ਕਿਸਾਨਾਂ ਦੇ ਜਿਹੜੇ ਮਸਲੇ ਹੱਲ ਹੋਣਗੇ ਸਾਡੇ ਵੀਰ ਭੈਣ ਭਰਾ ਬਜ਼ੁਰਗ ਉਹ ਸੜਕਾਂ ਤੇ 30 ਦਿਨ ਤੋਂ ਉੱਪਰ ਹੋ ਚੁੱਕੇ ਸੜਕਾਂ ਤੇ ਧਰਨਾ ਲਾਇਆ ਹੋਇਆ ਦਿੱਲੀ ਦੇ ਬਾਰਡਰਾਂ ਤੇ ਕੋਈ ਟਿੱਕਰੀ ਬਾਰਡਰ ਤੇ ਆ ਕੋਈ ਗਾਜ਼ੀਪੁਰ ਬਾਰਡਰ ਤੇ ਕੋਈ ਸਿੰਘੂ ਬਾਰਡਰ ਤੇ ਆ ਇਹ ਬਾਰਡਰਾਂ ਤੇ ਠੰਡ 'ਚ ਬੈਠੇ ਨੇ ਸਰਕਾਰ ਇਹਨਾਂ ਦੀ ਕੋਈ ਵੀ ਗੱਲ ਨਹੀਂ ਗਾਉਣ ਦੀ ਤੇ ਨਾ ਦੱਸਦੀ ਆ ਤੇ ਜਿਹੜਾ ਨੈਸ਼ਨਲ ਮੀਡੀਆ ਇੰਡੀਆ ਦਾ ਉਹ ਕੋਈ ਵੀ ਇਹਨਾਂ ਬਾਰੇ ਗੱਲ ਪੇਸ਼ ਨਹੀਂ ਕਰਦਾ ਪਿਆ ਤੇ ਇਹ ਹੁਣ ਤੁਹਾਡੇ ਚੈਨਲ ਦਾ ਮਾਧਿਅਮ ਤੁਹਾਡੇ ਚੈਨਲ ਦੇ ਜ਼ਰੀਏ ਅਸੀਂ ਇਹ ਆਪਣੀਆਂ ਜਿਹੜੀਆਂ ਕਿਸਾਨਾਂ ਦੇ ਨਾਲ ਹੱਕ 'ਚ ਜਿਹੜੀਆਂ ਕੀਤੀਆਂ ਰੈਲੀਆਂ ਜਾਂ ਕਿਸਾਨਾਂ ਦੇ ਹੱਕ 'ਚ ਕੀਤੇ ਸਾਰਾ ਸਮਾਗਮ ਤੁਹਾਡੇ ਚੈਨਲ ਜ਼ਰੀਏ ਅਸੀਂ ਗਾਂਹ ਲੈ ਕੇ ਆਉਣਾ ਚਾਹੁੰਦੇ ਹਾਂ ਇੱਕ ਇਨਫੋਰਮੇਸ਼ਨ ਹੋਰ ਦਿਓ ਪ੍ਰਿੰਸ ਜੀ ਕਿ ਜੇ ਕੋਈ ਇੰਡੀਅਨਐਪਲਿਸ ਤੋਂ ਬੰਦੇ ਨੂੰ ਕਿਸੇ ਚੀਜ਼ ਦਾ ਨਹੀਂ ਪਤਾ ਲੱਗ ਰਿਹਾ ਉਹ ਤੁਹਾਨੂੰ ਥੋੜ੍ਹੇ ਨੰਬਰ 1-2 ਨੰਬਰ ਜ਼ਰੂਰ ਸ਼ੇਅਰ ਕਰੋ ਤੁਹਾਡੇ ਕੋਲ ਸ਼ਾਇਦ ਉਹ ਪੈਂਪਲੇਟ ਹੋਊਗਾ ਜਿਹੜਾ ਆਪਾਂ ਨਹੀਂ ਲਿਆ ਸਕੇ ਟੀਵੀ 'ਤੇ ਉਹ ਤੋਂ 1-2 ਨੰਬਰ ਅਤੇ 1-2 ਨਾਮ ਜ਼ਰੂਰ ਸ਼ੇਅਰ ਕਰੋ ਕਿ ਇੱਕ ਟਾਈਮ ਦੱਸੋ ਕਿ ਕਿੰਨੇ ਵਜੇ ਸ਼ੁਰੂ ਹੋਊਗੀ ਜੀ ਇਹ ਰੈਲੀ ਪੂਰੀ 11 ਵਜੇ ਸ਼ੁਰੂ ਕੀਤੀ ਜਾਊਗੀ ਇੱਥੋਂ ਕਿਉਂਕਿ ਅਸੀਂ ਜਿਹੜਾ ਰਾਊਟ ਹੈ ਕਾਫੀ ਲੰਬਾ ਹੈ ਤੇ ਇਹ 4 ਘੰਟੇ ਦੇ ਵਿੱਚ ਕੰਪਲੀਟ ਵੀ ਕਰਨਾ ਅਸੀਂ ਸੰਗਤ ਦਰਸ਼ਨ ਵਿੱਚ ਹੋਏਗੀ ਸੰਗਤ ਨੇ ਕਾਫੀ ਜੁੜਨਾ ਨਾਲ ਇਹਦੇ ਤੇ ਸਟਾਰਟਿੰਗ ਪੁਆਇੰਟ ਗ੍ਰੀਨਵੁੱਡ ਤੋਂ ਐਗਜ਼ਿਟ 99 ਤੋਂ 11 ਵਜੇ ਆ ਤੇ ਜਿਹੜਾ ਵੀਰਾਂ ਨੇ ਜੇ ਕੋਈ ਵੀ ਇਹਨਾਂ ਦਾ ਗੱਲਬਾਤ ਕਰਨਾ ਚਾਹੁੰਦੇ ਪੁੱਛਣਾ ਚਾਹੁੰਦੇ ਆ ਉਹ ਮੇਰੇ ਨੰਬਰ ਤੇ ਕਾਲ ਕਰ ਸਕਦੇ ਆ 317-723-7651 ਤੇ ਜਾਂ ਪੈਂਪਲੇਟ ਤੇ 2 ਨੰਬਰ ਹੋਰ ਹੈਗੇ ਨੇ ਆਪਣੇ ਸੁਖਦੇਵ ਸਿੰਘ ਸਮਰਾ ਜੀ ਉਹਨਾਂ ਦਾ
ਤੇ ਪਰਮਜੀਤ ਸਿੰਘ ਸਿੱਧੂ ਹੁਣਾਂ ਦਾ, ਗੁਰਪ੍ਰੀਤ ਸਿੰਘ ਹੁਣਾਂ ਦਾ ਜਾਂ ਮਾਲਕ ਸਿੰਘ ਹੁਣਾਂ ਦਾ, ਉਹਨਾਂ ਕਿਸੇ ਨੂੰ ਕੰਟੈਕਟ ਕਰ ਸਕਦੇ ਨੇ। ਜੀ ਧੰਨਵਾਦ ਤੁਹਾਡਾ ਜੀ। ਇਹ ਦੂਸਰਾ ਪੁੱਛਣਾ ਸੀ ਕਿ ਇਹਦੇ ਵਿੱਚ ਆਪਾਂ ਨੇ ਕੋਈ ਸਿਕਿਉਰਿਟੀ ਜਾਂ ਪੁਲਿਸ ਆਫ ਫੋਰਸ ਵੀ ਜਿਹੜੀ ਇਨਵੋਲਵ ਕੀਤੀ ਹੈਗੀ ਆ ਜਾਂ ਕਿਸ ਤਰੀਕੇ ਨਾਲ ਇਹਨੂੰ ਆਪਾਂ ਕੰਟਰੋਲ ਕਰਾਂਗੇ? ਬਿਲਕੁਲ ਜੀ, ਅਸੀਂ ਚ ਆਪਣੀ ਪੁਲਿਸ ਨੂੰ ਵੀ ਇਨਫੋਰਮੇਸ਼ਨ ਦਿੱਤੀ ਹੋਈ ਆਲਰੇਡੀ, ਤੇ ਪੁਲਿਸ ਨੇ ਸਾਨੂੰ ਇਹਦੀ ਪਰਮਿਸ਼ਨ ਦਿੱਤੀ ਹੋਈ ਹੈ ਤੇ ਅਸੀਂ ਪੁਲਿਸ ਦੀ ਇਨਵੋਲਵਮੈਂਟ ਵੀ ਇਹਦੇ ਵਿੱਚ ਹੈਗੀ ਆ, ਬਟ ਅਸੀਂ ਇੱਕ ਰਾਈਟ ਲੇਨ ਇੱਕ ਫੋਲੋ ਕਰਾਂਗੇ ਤਾਂ ਕਿ ਬਾਕੀ ਦਾ ਟ੍ਰੈਫਿਕ ਨਾ ਰੋਕਿਆ ਜਾਵੇ, ਕਿਉਂਕਿ ਜਿਹੜੇ ਲੋਕ ਬਾਕੀ ਜਿਹੜੇ ਆਵਾਜਾਈ ਜਿਹੜੇ ਲੋਕਾਂ ਦੀ ਉਹ ਹੁੰਦੀ ਰਹੇ, ਉਹ ਚੀਜ਼ ਨਾ ਰੁਕੇ, ਕਿਉਂਕਿ ਇੰਟਰਸਟੇਟ ਹਾਈਵੇ ਆ ਤੇ ਅਸੀਂ ਨਹੀਂ ਚਾਹੁੰਦੇ ਕਿ ਚੀਜ਼ ਦੀ ਕੋਈ ਵੀ ਬਲੋਕੇਜ ਉੱਥੇ ਆਵੇ। ਇਹਨੂੰ ਬੜੇ ਸੁਚੱਜੇ ਢੰਗ ਨਾਲ ਨਿਭਾਇਆ ਜਾ ਰਿਹਾ, ਇਹਦੇ ਨਾਲ ਵਲੰਟੀਅਰ ਵੀ ਅਸੀਂ ਅਸਾਈਨ ਕੀਤੇ ਹੋਏ ਆ ਜਿਹੜੇ ਟ੍ਰੈਫਿਕ ਨੂੰ ਕੰਟਰੋਲ ਕਰਨਗੇ, ਤਾਂ ਕਿ ਕੋਈ ਵੀ ਉੱਥੇ ਹੁਲੜਬਾਜ਼ੀ ਨਾ ਹੋ ਸਕੇ, ਕਿ ਸਾਡਾ ਯੰਗ ਯੂਥ ਹੈ ਸ਼ਾਇਦ ਕੋਈ ਸ਼ੈਤਾਨੀ ਸ਼ਰਾਰਤੇ ਨਾ ਕਰ ਸਕੇ, ਤਾਂ ਕਿ ਰੋਡ ਨਾ ਬਲੋਕ ਕੀਤਾ ਜਾਵੇ, ਕੁਛ ਇਹੋ ਜਿਹੀ ਅਣਸੁਖਾਵੀ ਘਟਨਾ ਨਾ ਵਾਪਰੇ, ਉਸ ਚੀਜ਼ ਵਾਸਤੇ ਵਲੰਟੀਅਰ ਤੇ ਪੁਲਿਸ ਦਾ। ਜੀ ਤੇ ਹੋਰ ਇਨਫੋਰਮੇਸ਼ਨ ਜੇ ਕੁਝ ਤੁਸੀਂ ਕੋ ਦੇਣਾ ਚਾਹੁੰਦੇ, ਜਿਸ ਤਰ੍ਹਾਂ ਕਿ ਜਿਹੜੀ ਕਮਿਊਨਿਟੀ ਹੈ ਇੰਡੀਅਨ ਆਪਸ ਵਿੱਚ, ਤੁਹਾਨੂੰ ਪਤਾ ਕਿ ਕਾਫੀ ਫੈਲੀ ਹੋਈ ਆ, ਤੇ ਉਹਨਾਂ ਨੂੰ ਮੈਂ ਚਾਹੁੰਦਾ ਕਿ ਤੁਹਾਡੇ ਰਾਹੀਂ ਆਦੇਸ਼ ਦਿੱਤਾ ਜਾਵੇ ਵੀ ਵਲੰਟੀਅਰ ਤਾਂ ਹੋਣਗੇ, ਪੁਲਿਸ ਵੀ ਹੋਊਗੀ, ਲੇਕਿਨ ਉਹ ਵੀ ਆਪਣੇ ਵੱਲੋਂ ਪੂਰਾ ਯੋਗਦਾਨ ਦੇਣ ਇਹਨੂੰ ਸੁਰੱਖਿਅਤ ਬਣਾਉਣ 'ਚ, ਉਹ ਦੂਸਰਾ ਸੇਫਟੀ ਵਾਸਤੇ, ਕਿਉਂਕਿ ਸੇਫਟੀ ਇਹਨਾਂ ਮੁਲਕਾਂ 'ਚ ਪਹਿਲਾਂ ਜ਼ਿਆਦਾ ਜ਼ਰੂਰੀ ਆ, ਕਿਉਂਕਿ ਗੱਡੀਆਂ ਬਹੁਤ ਹੋਣਗੀਆਂ, ਟਰੱਕ ਹੋਣਗੇ, ਮੋਟਰਸਾਈਕਲ ਹੋਣਗੇ, ਤੁਸੀਂ ਇਸ ਬਾਰੇ ਆਪਣੇ ਰਾਹੀਂ ਜੋ ਆਦੇਸ਼ ਦਿਓ ਨਾ। ਜੀ ਬਿਲਕੁਲ, ਸੇਫਟੀ ਪ੍ਰੀਕੋਸ਼ਨਸ ਅਸੀਂ ਫਸਟ ਪ੍ਰਾਇਓਰਟੀ ਤੇ ਰੱਖੇ ਹੋਏ ਆ, ਤੇ ਹਰ ਇੱਕ ਅਸੀਂ ਜਿਹੜੇ ਵੀ ਇਸ ਅਟੈਂਡਿਸ ਹੈਗੇ ਨੇ ਸਾਡੇ ਇਸ ਰੈਲੀ ਵਿੱਚ ਆ ਰਹੇ ਨੇ, ਉਹਨਾਂ ਨੂੰ ਮਾਸਕ ਦੀ ਬਹੁਤ ਜ਼ਰੂਰੀ, ਕਿ ਮਾਸਕ ਲਾ ਕੇ ਹੀ ਆਉਣਾ, ਕਿਉਂਕਿ ਕੋਵਿਡ ਦੇ ਕਰਕੇ ਕੋਵਿਡ ਦੀ ਗਾਈਡਲਾਈਨਸ ਨੂੰ ਫੋਲੋ ਕਰਨਾ, ਤੇ ਉਸ ਤੋਂ ਬਾਅਦ ਆਪਣਾ ਜਿਹੜਾ ਟ੍ਰੈਫਿਕ ਆ। ਤੁਸੀਂ ਇਨਫੋਰਮੇਸ਼ਨ ਦਿੱਤੀ ਹੈਗੀ ਆ, ਉਹਦੇ ਨਾਲ ਜੇ ਹੋਰ ਕਿਸੇ ਇਨਫੋਰਮੇਸ਼ਨ ਦੀ ਜ਼ਰੂਰਤ ਆ, ਤੁਸੀਂ ਸਾਨੂੰ ਵੀ ਕੰਟੈਕਟ ਕਰ ਸਕਦੇ ਹੋ, ਜਸ ਟੀਵੀ ਨੂੰ ਵੀ, ਜਿਹੜਾ ਹੈ broad@justbroadcast.com, ਜਾਂ ਮੇਰੇ ਲੋਕਲ ਨੰਬਰ 'ਤੇ 317-538-5385, ਜੇ ਪੰਜਾਬੀ ਵਿੱਚ ਹੈ 317-553-5385-85। ਪ੍ਰਿੰਸੀਪਲ ਹੋਣਾ ਨੇ ਵੀ ਆਪਣਾ ਨੰਬਰ ਦੱਸਿਆ, ਅਤੇ ਆਓ ਇਸੇ ਤਰ੍ਹਾਂ ਹੀ ਆਪਾਂ ਸੰਯੋਗ ਦੇਈਏ, ਜੇ ਆਪਾਂ ਇੱਥੋਂ ਕਿਸੇ ਮਜਬੂਰੀ ਕਰਕੇ ਇੰਡੀਆ ਨਹੀਂ ਜਾ ਸਕਦੇ, ਜਾਂ ਆਪਣੇ ਕੰਮਾਂ ਕਾਰਾਂ ਕਰਕੇ, ਜਾਂ ਹੋਰ ਕੋਈ ਮਜਬੂਰੀ ਹੈ, ਲੀਗਲ ਪੇਪਰਾਂ ਦੀ ਮਜਬੂਰੀ ਵੀ ਹੈ, ਪਰ ਫਿਰ ਵੀ ਮੈਂ ਚਾਹੂੰਗਾ ਕਿ ਹਰ ਬੰਦਾ ਇੰਡੀਅਨ ਐਪਲ ਜਾਂ ਇੰਡੀਅਨ ਐਪਲ ਦੇ ਨਾਲ ਜੁੜਿਆ ਹੈ, ਲੂਈਵਿਲ ਮਿਸ਼ੀਗਨ ਕਿਤੋਂ ਵੀ, ਇਸ ਰੈਲੀ ਨੂੰ ਜ਼ਰੂਰ ਕਾਮਯਾਬ ਬਣਾਈਏ, ਤਾਂ ਕਿ ਸਾਡੇ ਕਿਸਾਨ ਭਰਾਵਾਂ ਨੂੰ ਹੌਸਲਾ ਮਿਲ ਸਕੇ, ਕਿਉਂ ਬੜੀ ਹੀ ਠੰਡ ਦੇ ਵਿੱਚ ਉਹ ਜੁੜੇ ਹੋਏ ਨੇ ਉੱਥੇ, ਅਤੇ ਉਹ ਠੰਡ ਵੀ ਐਸੀ ਆ ਕਿ ਕੋਈ ਉੱਥੇ ਹੀਟ ਨਹੀਂ ਹੈ, ਕੋਈ ਤੱਤੇ ਪਾਣੀ ਦਾ ਇੰਤਜ਼ਾਮ ਨਹੀਂ, ਲੇਕਿਨ ਕਰ ਤਾਂ ਰਹੇ, ਲੇਕਿਨ ਬਹੁਤ ਔਖਾ ਹੈ ਉੱਥੇ, ਮੈਂ ਕਾਫੀ ਦੇਖਿਆ। ਮੈਂ ਪ੍ਰਿੰਸੀਪਲ ਨੂੰ ਪੁੱਛੂੰਗਾ, ਪ੍ਰਿੰਸੀਪਲ ਤੁਸੀਂ ਵੀ ਦੇਖਿਆ ਹੋਣਾ ਯੂਟਿਊਬ 'ਤੇ ਜਾਂ ਗੱਲਬਾਤ ਹੁੰਦੀ ਰਹਿੰਦੀ ਹੋਣੀ, ਤੁਸੀਂ ਕਾਫੀ ਇਸ ਮੁੱਦੇ ਨਾਲ ਜੁੜੇ ਹੋ, ਤੁਹਾਡਾ ਕੀ ਕਹਿਣਾ ਇਹ ਸਾਰੀ ਰੈਲੀ ਨੂੰ ਸੰਬੋਧਨ ਕਰਨ ਦਾ, ਜਾਂ ਪੰਜਾਬੀ ਜਿਹੜੇ ਬਾਹਰ ਬੈਠੇ ਨੇ ਉਹਨਾਂ ਨੂੰ, ਉਹ ਕਿੱਦਾਂ ਯੋਗਦਾਨ ਹੋਰ ਪਾ ਸਕਦੇ ਨੇ? ਕਹਿੰਦਾ ਕਿ ਜਿਹੜੇ ਆਪਣੇ ਕਿਸਾਨ ਇੰਡੀਆ ਬੈਠੇ ਨੇ, ਸਾਡੇ ਘਰ ਪਰਿਵਾਰ ਰਿਸ਼ਤੇਦਾਰ ਜਿਹੜੇ ਹੈਗੇ ਨੇ, ਉਹ ਉੱਥੇ ਦਿੱਲੀ ਬਾਰਡਰਾਂ 'ਤੇ ਨੇ, ਉਹ ਉੱਥੋਂ ਆਪਣਾ ਸਹਿਯੋਗ, ਆਪਣਾ ਜਿਹੜਾ ਪੂਰਾ ਜ਼ੋਰ ਸੰਘਰਸ਼ ਦੇ ਵਿੱਚ ਲਾ ਰਹੇ ਨੇ, ਅਤੇ ਅਸੀਂ ਇੱਥੇ ਵਿਦੇਸ਼ਾਂ 'ਚ ਬੈਠੇ, ਇੱਥੇ ਆਪਣੀਆਂ ਰੈਲੀਆਂ ਕਰ ਸਕਦੇ ਹਾਂ, ਅਸੀਂ ਸੋਸ਼ਲ ਮੀਡੀਆ ਯੂਜ਼ ਕਰ ਸਕਦੇ ਹਾਂ, ਟਵਿੱਟਰ ਯੂਜ਼ ਕਰ ਸਕਦੇ ਹਾਂ, ਫੇਸਬੁੱਕ ਯੂਜ਼ ਕਰ ਸਕਦੇ ਹਾਂ, ਹੈਸ਼ਟੈਗ ਲਾ ਕੇ ਆਪਾਂ ਸਰਕਾਰ ਨੂੰ ਜਿਹੜੀਆਂ ਲਾਹਨਤਾਂ ਪਾ ਸਕਦੇ ਹਾਂ, ਜੋ ਅਸੀਂ ਆਪਣੇ ਜ਼ਰੀਏ ਇੱਥੋਂ ਕਰ ਸਕਦੇ, ਕਿਉਂਕਿ ਅਸੀਂ ਇਹ ਨਹੀਂ ਚਾਹੁੰਦੇ ਇੰਨਾ ਇਕੱਠ ਜਾ ਸਕਦਾ, ਪਰ ਜਿੱਥੇ ਅਸੀਂ ਹੈਗੇ ਆਪਣੇ ਕੰਮਾਂ ਦੇ ਨਾਲ ਜੁੜੇ ਟਾਈਮ ਕੱਢ, ਆਪਾਂ ਇਸ ਚੀਜ਼ ਦਾ ਜਿਹੜਾ ਜਾਂ ਆਪਣੇ ਕਿਸਾਨਾਂ ਦਾ ਹੌਸਲਾ ਅਫਜ਼ਾਈ ਜ਼ਰੂਰ ਕਰੀਏ। ਠੀਕ ਹੈ ਜੀ, ਅਤੇ ਇਸੇ ਤਰ੍ਹਾਂ ਦੇਖਦੇ ਰਹੋ ਜਸ ਟੀਵੀ। ਵਿਆਹ ਹੋ ਗਿਆ ਛੋਟੀ ਜਿਹੀ ਬ੍ਰੇਕ ਦਾ, ਜਿਹੜਾ ਸਮਾਂ ਆ ਉਹ ਚੱਲਦਾ ਰਹਿੰਦਾ, ਅਤੇ ਗੱਲਾਂ ਪ੍ਰਿੰਸੀਪਲ ਸਾਹਿਬ ਹੋਰ ਵੀ ਦੱਸਣਗੇ, ਜੁੜੇ ਰਹੋ ਇਸ ਤਰ੍ਹਾਂ ਹੀ, ਇੱਕ ਛੋਟੀ ਜਿਹੀ ਬ੍ਰੇਕ ਤੋਂ ਬਾਅਦ ਮਿਲਦੇ ਹਾਂ। ਧੰਨਵਾਦ। ਆਪਾਂ ਫਿਰ ਉਹੀ ਗੱਲ 'ਤੇ ਅੜੇ ਹੋਏ ਹਾਂ ਕਿ ਸਰਕਾਰਾਂ ਕੀ ਕਰ ਰਹੀਆਂ ਅਤੇ ਸਰਕਾਰਾਂ ਕਿਉਂ ਨਹੀਂ ਮੰਨ ਰਹੀਆਂ, ਅਤੇ ਆਪਣੇ ਨਾਲ ਗੈਸਟ ਵੀ ਜੁੜੇ ਨੇ, ਆਪਾਂ ਉਹਨਾਂ ਨੂੰ ਵੀ ਪੁੱਛਾਂਗੇ। ਕਾਫੀ ਯੂਟਿਊਬ 'ਤੇ ਵੀ ਦੇਖਣ ਨੂੰ ਆਇਆ ਜਾਂ ਹੋਰ ਵੀ ਮੀਡੀਆ ਸੋਸ਼ਲ ਮੀਡੀਆ ਰਾਹੀਂ ਜਿਹੜਾ ਪਿਆ ਵੀਕੈਂਡ 'ਤੇ ਦੇਖਿਆ ਕਿ ਇਹ ਸਰਕਾਰਾਂ ਦੀ ਕਿਹੜੀ ਅੜੀ ਹੈ ਜਾਂ ਸਰਕਾਰਾਂ ਕੀ ਪਰੂਫ ਕਰਨੀਆਂ ਚਾਹੁੰਦੀਆਂ ਨੇ। ਵੈਸੇ ਤਾਂ ਜਿਹੜਾ ਦੇਖਣ 'ਚ ਆਇਆ ਕਿ ਸਰਕਾਰ ਬਣਾਈ ਜਾਂਦੀ ਲੋਕ ਬਣਾਉਂਦੇ ਨੇ, ਜੇ ਲੋਕ ਸਰਕਾਰ ਬਣਾਉਂਦੇ ਨੇ ਅਕਸਰ ਸਰਕਾਰ ਦਾ ਫਰਜ਼ ਕੀ ਹੈ ਕਿ ਲੋਕਾਂ ਦੀ ਸੁਰੱਖਿਆ ਕਰਨੀ। ਜੇ ਲੋਕਾਂ ਦੀ ਸੁਰੱਖਿਆ ਕਰਨ ਲਈ, ਸਰਹੱਦਾਂ ਦੀ ਸੁਰੱਖਿਆ ਕਰਨ ਲਈ ਆਰਮੀ ਬਣਾਈ ਜਾਂਦੀ ਹੈ, ਜਿਹੜੀ ਪਬਲਿਕ ਦੀ ਸੁਰੱਖਿਆ ਲਈ ਪੁਲਿਸ ਲਾਈ ਜਾਂਦੀ ਹੈ, ਲੇਕਿਨ ਜਿਹੜਾ ਦੇਖਣ ਵਿੱਚ ਆ ਰਿਹਾ, ਜਿਹੜਾ ਪਹਿਲਾ ਮੁਲਕ ਹੈ ਇੱਕ ਹਿੰਦੁਸਤਾਨ ਦਾ ਕਿ ਉਹ ਲੋਕਾਂ ਦੀ ਜਿਹੜੀ ਆਮ ਪਬਲਿਕ ਹੈ ਉਹਦੀ ਸੁਰੱਖਿਆ ਕੋਈ ਨਹੀਂ ਹੋ ਰਹੀ, ਲੇਕਿਨ ਜ਼ਿਆਦਾ ਸੁਰੱਖਿਆ ਦਾ ਜ਼ੋਰ ਸਰਕਾਰਾਂ 'ਤੇ ਹੀ ਲਾਇਆ ਜਾ ਰਿਹਾ। ਇਹ ਬੜੀ ਹੀ ਹੈਰਾਨੀ ਵਾਲੀ ਗੱਲ ਹੈ ਕਿ ਜਿਹਨੂੰ ਆਪਾਂ ਕਹਿੰਦੇ ਮੇਰਾ ਦੇਸ਼ ਮਹਾਨ, ਇਹ ਮਹਾਨਤਾ ਵਾਲੀ ਕਿਹੜੀ ਗੱਲ? ਮੇਰੇ ਤਾਂ ਕੋਈ ਦਿਮਾਗ ਦੇ ਵਿੱਚ ਪਈ ਨਹੀਂ ਕਿ ਮਹਾਨਤਾ ਕਿੱਥੋਂ ਦੀ ਆ ਗਈ ਕਿ ਜਿਹੜੀ ਪਬਲਿਕ ਰੋਡਾਂ 'ਤੇ ਬੈਠੀ ਉਹਨਾਂ ਦੀ ਤੁਸੀਂ ਗੱਲ ਹੀ ਸੁਣ ਰਹੇ, ਅਤੇ ਜਿਹੜੀ ਪਬਲਿਕ 500-700 ਕਿਲੋਮੀਟਰ ਦੂਰ ਬੈਠੀ ਆ ਉੱਥੇ ਸਾਡਾ ਪ੍ਰਧਾਨ ਮੰਤਰੀ ਜਾ ਕੇ ਉਹਨਾਂ ਕਿਸਾਨਾਂ ਨਾਲ ਗੱਲਬਾਤ ਕਰ ਰਿਹਾ, ਲੇਕਿਨ ਜਿਹੜੇ ਘਰ ਮੁੱਢ ਆ ਕੇ 20-25 ਕਿਲੋਮੀਟਰ 'ਤੇ ਬੈਠੇ ਨੇ ਉਹਨਾਂ ਨਾਲ ਗੱਲ ਨਹੀਂ ਹੋ ਰਹੀ। ਬੜੀ ਹੈਰਾਨੀ ਵਾਲੀ ਗੱਲ ਹੈ, ਇੱਕ ਭਗਦਾ ਹੋਇਆ ਮੁੱਦਾ ਜਿਹੜਾ ਇਹ ਕਮਿਊਨਿਟੀ ਕਨੈਕਟ ਦੇ ਵਿੱਚ ਆਪਾਂ ਇਹ ਚੀਜ਼ਾਂ ਲੈ ਕੇ ਆਵਾਂਗੇ। ਆਪਾਂ ਫਿਰ ਕੋਸ਼ਿਸ਼ ਕਰਦੇ ਹਾਂ ਆਪਾਂ ਵਾਪਸ ਲਿਆਉਂਦੇ ਪ੍ਰਿੰਦਰਪਾਲ ਪ੍ਰਿੰਸ ਜੀ ਨੂੰ।
ਕਿ ਉਹਨਾਂ ਤੋਂ ਪੁੱਛਦੇ ਆ ਕਿ ਉਹ ਉਹਨਾਂ ਨੇ ਵੀ ਸ਼ਾਇਦ ਦੇਖਾ ਪ੍ਰੈਸੀ ਤੁਹਾਡਾ ਫਿਰ ਸਵਾਗਤ ਹੈ ਜੀ ਇੱਕ ਵਾਰ ਕਮਿਊਨਿਟੀ ਕਨੈਕਟ ਤੇ ਜੀ ਧੰਨਵਾਦ ਜੀ ਇਹ ਤੁਸੀਂ ਵੀ ਦੇਖਿਆ ਹੋਣਾ ਆਪਾਂ ਜਿਹੜੀ ਤੁਸੀਂ ਰੈਲੀ ਸੰਯੋਗਤ ਕੀਤੀ ਹੈਗੀ ਆ ਆਹ 2 ਤਰੀਕ ਨੂੰ ਤੁਸੀਂ ਵੀਕਐਂਡ ਤੇ ਦੇਖਿਆ ਹੋਊਗਾ ਕਿ ਇੱਕ ਸਾਡੇ ਇੰਡੀਆ ਦਾ ਪ੍ਰਧਾਨ ਮੰਤਰੀ ਜਿਹਦਾ ਹਾਸਾ ਵੀ ਆਉਂਦਾ ਮੈਨੂੰ ਤਾਂ ਕਿ ਉਹ ਜਿਹੜੇ ਮੁੱਢ ਬੈਠੇ ਹੋਏ ਕਿਸਾਨ ਠੰਡ ਦੇ ਵਿੱਚ ਜੀ ਜਿਹੜੇ ਇਸ ਵੇਲੇ ਬੜੀ ਦੁੱਖ ਚ ਨੇ ਕਿ ਉਹਨਾਂ ਨੂੰ ਛੱਡ ਕੇ ਉਹ ਦੂਰ ਕਿਸਾਨਾਂ ਨੂੰ ਮਿਲਣ ਕਿਉਂ ਜਾਂਦਾ ਤੁਹਾਡਾ ਇਹਦੇ ਬਾਰੇ ਕੀ ਕਹਿਣਾ ਸਾਡੇ ਪ੍ਰਧਾਨ ਮੰਤਰੀ ਬਾਰੇ ਗੱਲ ਇੱਦਾਂ ਹੈ ਪ੍ਰਧਾਨ ਮੰਤਰੀ ਪਹਿਲਾਂ ਕਹਿੰਦੇ ਹੁੰਦੇ ਸੀਗੇ ਕਿ ਲੋਕਾਂ ਨੇ ਪੀਏ ਰੱਖਿਆ ਕੰਮ ਕਰਨ ਵਾਸਤੇ ਹੁਣ ਉਹਨਾਂ ਨੇ ਪੀਐਮ ਰੱਖ ਲਿਆ ਗੱਲ ਕਰਦਾ ਅੰਡਾਨੀਆਂ ਦੀ ਅੰਬਾਨੀਆਂ ਦੀ ਉਹ ਕਰਦੇ ਕੀ ਆ ਉਹ ਇਹਦੇ ਇਲੈਕਸ਼ਨ ਦੇ ਲਈ ਫੰਡ ਦਿੰਦੇ ਆ ਤੇ ਉਹਨਾਂ ਲਈ ਕੰਮ ਕਰਦਾ ਹੈ ਇਹ ਦਰਅਸਲ ਕਾਨੂੰਨ ਹੁਣ ਨਹੀਂ ਇਹ ਦੋ ਆਪਣੇ 2020 ਦੇ ਵਿੱਚ ਪਾਸ ਨਹੀਂ ਹੋਏ ਇਹ ਪਹਿਲਾਂ ਹੀ ਪਲੈਨਿੰਗ ਕੀਤੀ ਗਈ ਸੀਗੀ ਤੇ ਜਿਹੜੇ ਪੰਜਾਬ ਦੇ ਵਿੱਚ ਜੇ ਵੇਖਿਆ ਜਾਂਦਾ ਤੇ ਪੰਜਾਬ ਦੇ ਵਿੱਚ ਕਾਫੀ ਟਾਈਮ ਪਹਿਲਾਂ ਹੀ ਉਹਨਾਂ ਨੇ ਆਪਣੇ ਜਿਹੜੇ ਗੋਡਾਊਨ ਸੀਗੇ ਆਪਣੇ ਉਹ ਲੈ ਲਏ ਉਹਨਾਂ ਨੇ ਸਪੇਸ ਆਪਣੀ ਉਹਨਾਂ ਪਹਿਲਾਂ ਹੀ ਬੁੱਕ ਕਰ ਲਈ ਉੱਥੇ ਤੇ ਕਾਨੂੰਨ ਬੰਬੇ ਤੋਂ ਬਣ ਕੇ ਆਇਆ ਉਹ ਦਿੱਲੀ ਵਿੱਚ ਲੈ ਕੇ ਸਿਰਫ ਪਾਸ ਕੀਤਾ ਗਿਆ ਇਹ ਕਾਨੂੰਨ ਜਿਹੜੇ ਖੇਤੀਬਾੜੀ ਦੇ ਕਾਨੂੰਨ ਨੇ ਸਟੇਟ ਲੈਵਲ ਤੇ ਪਾਸ ਹੁੰਦੇ ਨੇ ਨਾ ਕਿ ਸੈਂਟਰ ਗਵਰਨਮੈਂਟ ਪਾਸ ਕਰਦੀ ਹੈ ਇਹਨੂੰ ਇਹ ਸੁਪਰੀਮ ਕੋਰਟ ਦੇ ਵਕੀਲਾਂ ਨੇ ਵੀ ਗੱਲ ਕਹਿਤੀ ਕਿ ਇਹ ਗਲਤ ਤਰੀਕੇ ਨਾਲ ਕਾਨੂੰਨ ਪਾਸ ਹੋਇਆ ਤੇ ਇਹ ਤਾਂ ਥੋਪਿਆ ਗਿਆ ਇਹ ਕਾਨੂੰਨ ਪਾਸ ਨਹੀਂ ਕੀਤਾ ਗਿਆ ਥੋਪਿਆ ਗਿਆ ਤੁਹਾਡੀਆਂ ਜ਼ਮੀਨਾਂ ਤੇ ਕਬਜ਼ਾ ਤੁਹਾਡੇ ਹਰ ਥਾਂ ਤੇ ਕਬਜ਼ਾ ਜਿਹੜਾ ਤੁਹਾਡਾ ਜਿਹੜੀ ਤੁਸੀਂ ਜਿਣਸ ਤੁਸੀਂ ਪੈਦਾ ਕਰਨੀ ਅਨਾਜ ਪੈਦਾ ਕਰਨਾ ਉੱਥੇ ਉਹ ਪ੍ਰਾਈਵੇਟ ਅੰਡਾਨੀਆਂ ਅੰਬਾਨੀਆਂ ਦਾ ਕਬਜ਼ਾ ਜਿਵੇਂ ਕਿ ਹੁਣ ਲਾਸਟ ਵੀਕ ਤੁਸੀਂ ਵੇਖਿਆ ਸੀਗਾ ਕਿ ਫੇਸਬੁੱਕ ਤੇ ਵੀ ਕਾਫੀ ਥਾਵਾਂ ਦੇ ਫੋਟੋ ਵਾਇਰਲ ਹੋ ਰਹੀ ਸੀ ਕਿ ਜੀਓ ਦੀ ਕਣਕ ਵੀ ਆ ਗਈ ਹੈ ਪਹਿਲਾਂ ਜੀਓ ਦਾ ਸਿਮ ਸੀਗੇ ਜੀਓ ਦਾ ਟਾਵਰ ਹੋਏ ਫੋਨ ਆਏ ਹੁਣ ਜੀਓ ਦੀ ਕਣਕ ਵੀ ਆ ਗਈ ਹੈ ਜੀ ਉਹ ਕਣਕ ਦਾ ਰੇਟ ਕਿਤੇ ਵੱਧ ਹੈ ਮਤਲਬ ਕਿ 54-55 ਰੁਪਏ ਕਿਲੋ ਵਿਕਦੀ ਆ ਤੇ ਕਿਸਾਨਾਂ ਕੋਲ ਲੈਂਦੇ ਆ 16-17 ਰੁਪਏ ਕਿਲੋ ਪਤਾ ਨੀ ਉਹਦੇ ਵਿੱਚ ਕੀ ਇਹੋ ਜਿਹਾ ਪਾਉਂਦੇ ਕਿ ਉਹ 50 ਰੁਪਏ ਤੋਂ ਵੱਧ ਮਹਿੰਗੀ ਬਣ ਜਾਂਦੀ ਹੈ ਇਹ ਸਰਕਾਰ ਦੀ ਨੀਤੀਆਂ ਮਾੜੀਆਂ ਨੇ ਕਿਉਂਕਿ ਇਹ ਸਰਕਾਰ ਨੇ ਕੁਛ ਨੀ ਛੱਡਿਆ ਆਪਣਾ ਸਰਕਾਰ ਨੇ ਆਪਣੇ ਏਅਰਪੋਰਟ ਵੇਚਤੇ ਆਪਣੀ ਇੰਡੀਅਨ ਰੇਲਵੇ ਵੇਚਤੀ ਹੋਰ ਆਪਣੇ ਕੁਛ ਥੋੜੇ ਹੋਰ ਜਿਹੜੇ ਸਰਕਾਰੀ ਜਿਹੜੇ ਦਫ਼ਤਰ ਸੀਗੇ ਜਿੱਦਾਂ LIC ਹੋ ਗਿਆ ਕੁਛ ਬੈਂਕ ਸੀਗੇ ਉਹਨਾਂ ਨੇ ਆਲਰੇਡੀ ਉਹਨੂੰ ਵੇਚ ਚੁੱਕੇ ਆ ਅੰਬਾਨੀਆਂ ਤੇ ਅੰਬਾਨੀਆਂ ਨੂੰ ਪੈਟਰੋਲ ਜਿਹੜਾ ਕਹਿੰਦੇ ਆ ਤੇਲ ਹੈ ਇੰਡੀਆ ਦਾ ਉਹ ਵੀ ਸਰਕਾਰੀ ਨਹੀਂ ਹੈਗਾ ਹੁਣ ਉਹ ਵੀ ਪ੍ਰਾਈਵੇਟ ਹੱਥਾਂ 'ਚ ਆ ਗਿਆ ਇਹ ਗੱਲ ਉਹ ਤੋਂ ਮੀਡੀਆ ਵੀ ਜਿਹੜਾ ਉਹ ਵੀ ਸਾਡੇ ਕਿਸਾਨਾਂ ਦੀ ਗੱਲ ਨਹੀਂ ਕਰਦਾ ਕਿਉਂਕਿ ਉਹ ਵਿਕ ਚੁੱਕਿਆ ਉਹਨੂੰ ਗੋਦੀ ਮੀਡੀਆ ਕਹਿੰਦੇ ਅੱਜ ਕੱਲ੍ਹ ਉਹ ਸਰਕਾਰ ਦੀ ਹੀ ਗੱਲ ਕਰਦਾ ਉਹ ਸਰਕਾਰ ਦਾ ਤੋਤਾ ਜੋ ਉਹਨੂੰ ਸਿਖਾਇਆ ਜਾਂਦਾ ਉਹੀ ਬੋਲਦਾ ਉਹਨੇ ਇਹ ਨਹੀਂ ਵੇਖਣਾ ਕਿ ਹਾਂ ਵੀ ਕਿਸਾਨ ਵਿਚਾਰਾ ਕਿਹੜੇ ਦੁੱਖ ਵਿੱਚ ਆ ਉਹਨੂੰ ਅੱਤਵਾਦੀ ਦੱਸ ਰਹੇ ਆ ਉਹਨੂੰ ਬਾਹਰੋਂ ਫੰਡ ਆ ਰਿਹਾ ਦੱਸ ਰਹੇ ਆ ਚਾਈਨਾ ਤੋਂ ਫੰਡ ਆ ਰਿਹਾ ਪਾਕਿਸਤਾਨ ਤੋਂ ਫੰਡ ਆ ਰਿਹਾ ਉਹਨੂੰ ਭੰਡਿਆ ਜਾ ਰਿਹਾ ਇਹ ਕਿਸਾਨੀ ਅੰਦੋਲਨ ਨੂੰ ਤੋੜਨ ਦੀਆਂ ਇੱਥੇ ਨਹੀਂ ਬਲਕਿ ਇਸ ਚੀਜ਼ ਦਾ ਵਿਰੋਧ ਬਹੁਤ ਜ਼ਿਆਦਾ ਜੋ ਮੀਡੀਆ ਕਰ ਰਿਹਾ ਕਿਸਾਨਾਂ ਦੇ ਲਈ ਕਿਸਾਨ ਕਰ ਰਹੇ ਆ ਆਪਣੇ ਹੱਕਾਂ ਦੀ ਲੜਾਈ ਕਿਸਾਨ ਆਪਣੇ ਹੱਕ ਦੀ ਲੜਾਈ ਕਰ ਰਹੇ ਨੇ ਜੋ ਆਪਣੀ ਹੋਂਦ ਉਹਨਾਂ ਦੀ ਉਹ ਮਿੱਟੀ ਇੰਨੇ ਸਾਲਾਂ ਤੋਂ ਆਪਣੀ ਮਿੱਟੀ ਦੇ ਉਹਨੂੰ ਮਿੱਟੀ ਨੂੰ ਜੰਗਲਾਂ ਨੂੰ ਉਪਜਾਊ ਬਣਾ ਕੇ ਅੱਜ ਆਪਣੀ ਉੱਥੇ ਫਸਲਾਂ ਉਗਾ ਰਹੇ ਨੇ ਜੇ ਆਪਣਾ ਅੰਨ ਪੈਦਾ ਕਰ ਰਹੇ ਤਾਂ ਹੀ ਸਾਰਾ ਦੇਸ਼ ਖਾ ਰਿਹਾ ਉਹ ਅੰਨ ਦੇ ਦਾਤੇ ਦੇ ਹੱਕ ਸਾਰੇ ਖੋਏ ਜਾ ਰਹੇ ਇਹ ਆਪਣੀ ਜਿਹੜੇ ਕਿਸਾਨ ਉੱਥੇ ਵੀਰ ਬੈਠੇ ਆਪਣੀ ਹੋਂਦ ਬਚਾ ਰਹੇ ਆ ਕਈ ਉੱਥੇ ਵੀਰ ਇਹੋ ਜਿਹੇ ਵੀ ਹੈਗੇ ਨੇ ਜਿਹੜੇ ਅਪਾਹਜ ਨੇ ਇਹਦੇ ਵਿਚਾਰੇ ਲੱਤ ਨਹੀਂ ਹੈ ਕਿਤੇ ਬਾਂਹ ਨਹੀਂ ਹੈ ਬਿਮਾਰ ਵੀ ਨੇ ਉਹ ਫਿਰ ਵੀ ਉਸ ਸੰਘਰਸ਼ ਦੇ ਨਾਲ ਜੁੜੇ ਹੋਏ ਨੇ ਧੰਨਵਾਦ ਉਹਨਾਂ ਦਾ ਧੰਨ ਉਹਨਾਂ ਦਾ ਹੌਸਲਾ ਜਿਹੜੇ ਇੰਨੀ ਠੰਡ ਦੇ ਵਿੱਚ ਘਰ ਪਰਿਵਾਰ ਛੱਡ ਕੇ ਦੂਰ ਬੈਠੇ ਹੋਏ ਆ ਤੇ ਸਾਡਾ ਸਾਰਿਆਂ ਦਾ ਫਰਜ਼ ਬਣਦਾ ਇਹਨਾਂ ਦੇ ਨਾਲ ਮੋਢੇ ਨਾਲ ਮੋਢੇ ਜੋੜ ਕੇ ਚੱਲੀਏ ਕੋਸ਼ਿਸ਼ ਕਰੀਏ ਹਰ ਤਰੀਕੇ ਦੀ ਮਦਦ ਕੀਤੀ ਜਾਵੇ ਉੱਥੇ ਹੁਣ ਗਰਮ ਪਾਣੀ ਦੀ ਸਹੂਲਤਾਂ ਦੇ ਲਈ ਕੁਛ ਹੋਰ ਵੀ ਕੰਬਲ ਦੀਆਂ ਸਹੂਲਤਾਂ ਖਾਣੇ ਪੀਣ ਸਹੂਲਤਾਂ ਖਾਲਸਾ ਸਾਈਡ ਵੱਲੋਂ ਹੋਰ ਸਿੱਖ ਸੰਸਥਾ ਵੱਲੋਂ ਕੀਤੀਆਂ ਜਾ ਰਹੀਆਂ ਨੇ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਸਾਰੀਆਂ ਸੰਸਥਾਵਾਂ ਦਾ ਜਿਹੜੀਆਂ ਕਿ ਉੱਥੇ ਸਾਡੇ ਕਿਸਾਨਾਂ ਦੀ ਮਦਦ ਕਰ ਰਹੀਆਂ ਨੇ ਤੇ ਧੰਨਵਾਦ ਉਹਨਾਂ ਮੀਡੀਆ ਦਾ ਜੋ ਸੱਚੀ ਖਬਰ ਸਾਹਮਣੇ ਪੇਸ਼ ਕਰ ਰਹੇ ਨੇ ਜੀ ਆ ਦੂਜਾ ਜਿਹੜਾ ਇੱਕ ਤੁਸੀਂ ਵੀ ਦੇਖਿਆ ਹੋਣਾ ਕਿ ਤੁਸੀਂ ਵੀ ਗੱਲ ਕੀਤੀ ਕਿ ਸਰਕਾਰਾਂ ਕਹਿ ਰਹੀਆਂ ਨੇ ਕਿ ਫੰਡ ਚਾਈਨਾ ਤੋਂ ਆ ਰਿਹਾ ਫੰਡ ਪਾਕਿਸਤਾਨ ਤੋਂ ਆ ਰਿਹਾ ਜਿੱਥੇ ਤੱਕ ਮੈਨੂੰ ਲੱਗਦਾ ਕਿ ਕਿਸਾਨਾਂ ਦੇ ਬੱਚੇ ਇਟਲੀ 'ਚ ਬੈਠੇ ਨੇ ਜਰਮਨ ਇੰਗਲੈਂਡ ਅਮਰੀਕਾ ਹਰ ਜਗ੍ਹਾ 'ਤੇ ਬੈਠੇ ਨੇ ਕਿਸਾਨਾਂ ਦੇ ਕੋਲ ਉੱਥੇ ਵੀ ਪੈਸਾ ਹੈ ਉਹਨਾਂ ਕੋਲ ਖਾਣ ਨੂੰ ਦਾਣੇ ਵੀ ਹੈ ਉਹ 6-6 ਮਹੀਨੇ ਦਾ ਰਾਸ਼ਨ ਵੀ ਲੈ ਕੇ ਗਏ ਨੇ ਇਹ ਸਰਕਾਰਾਂ ਫਿਰ ਕਿਉਂ ਇਸ ਗੱਲ 'ਤੇ ਜ਼ੋਰ ਪਾ ਰਹੀਆਂ ਕਿ ਇਹਨਾਂ ਨੂੰ ਫੰਡ ਬਾਹਰੋਂ ਆ ਰਿਹਾ ਫੰਡ ਤਾਂ ਜਿਹੜੇ ਮੈਨੂੰ ਲੱਗਦਾ ਕਿ ਕਿਸਾਨਾਂ ਦੇ ਬੱਚੇ ਬਾਹਰ ਬੈਠੇ ਨੇ ਉਹੀ ਬਹੁਤ ਭੇਜੀ ਜਾਂਦੇ ਨੇ ਜਿੱਦਾਂ ਖਾਲਸਾ ਏਡ ਤੁਸੀਂ ਗੱਲ ਕੀਤੀ ਉਹ ਵੀ ਉੱਥੇ ਉਹ ਵੀ ਇੰਗਲੈਂਡ ਦੀ ਆਇਡੈਂਟੀ ਆ ਉਹ ਬਹੁਤ ਉਹਨਾਂ ਕੋਲ ਬਹੁਤ ਹੀ ਜਾਣੀ ਕਿ ਹਰ ਪਾਸੇ ਨੂੰ ਸਹੂਲਤ ਆ ਫਿਰ ਸਿੱਖ ਹਰ ਜਗ੍ਹਾ 'ਤੇ ਗਏ ਨੇ ਇਕੱਲੇ ਸਿੱਖ ਨਹੀਂ ਖਾਲਸਾ ਏਡ ਵਾਲੇ ਵੀ ਹੋਰ ਵੀ ਜਿੱਥੇ ਜਿੱਥੇ ਹੋਏ ਪੰਜਾਬੀ ਵੀ ਉੱਥੇ ਪਹੁੰਚੇ ਨੇ ਜਿੱਥੇ ਵੀ ਕੋਈ ਮਹਾਮਾਰੀ ਪਈ ਪੰਜਾਬੀ ਪਹਿਲੋਂ ਪਹੁੰਚੇ ਨੇ ਇਹ ਸਰਕਾਰਾਂ ਦੀ ਕਿਹੜੀ ਨੀਤੀ ਆ ਮੈਂ ਤੁਹਾਡੇ ਤੋਂ ਪੁੱਛਣਾ ਚਾਹੁੰਦਾ ਤੁਸੀਂ ਲੇਟ ਆਫ ਇੰਡੀਆ ਤੋਂ ਆਏ ਆ ਵੀ ਇਹ ਕਿਹੜੀ ਨੀਤੀ ਰਣਨੀਤੀ ਆ ਵੀ ਜਿਹੜੀ ਕਹਿੰਦੇ ਵੀ ਇਹਨਾਂ ਨੂੰ ਬਾਹਰੋਂ ਫੰਡ ਆ ਰਹੀ ਫੰਡ ਤਾਂ ਜਿਹੜੇ ਸਾਡੇ ਖੁਦ ਬਾਹਰ ਬੈਠੇ ਬੰਦੇ ਜਾਂ ਜਿਹੜੇ ਖਾਲਸਾ ਏਡ ਵਾਲੇ ਲੋਕੀ ਉਹੀ ਦੇ ਰਹੇ ਨੇ ਤੁਸੀਂ ਕੀ ਕਹੋਗੇ ਇਹਦੇ ਬਾਰੇ ਜਿਹੜਾ ਫੰਡ ਆ ਰਿਹਾ ਨਾ ਇਹ ਫੰਡ ਦੀ ਮੁੱਢਲੀ ਗੱਲ ਹੈ ਬਾਬੇ ਨਾਨਕ ਨੇ 20 ਤੱਕ ਲੰਗਰ ਚਲਾਇਆ ਸੀਗਾ
ਉਹ ਲੰਗਰ 20 ਦਾ ਅੱਜ ਚੱਲੀ ਆਉਂਦਾ ਤੇ ਹੁਣ ਸਰਕਾਰਾਂ ਜਦੋਂ ਜਦੋਂ ਸਾਡੇ ਪੰਜਾਬੀ ਕਿਤੇ ਹੜ ਪੀੜਤਾਂ ਲਈ ਜਾਂ ਸਰਕਾਰ ਦੇ ਕਿਤੇ ਫਾਇਦੇ ਦੇ ਲਈ ਕਿਤੇ ਇਹਨਾਂ ਦੀ ਲੋਕਾਂ ਦੀ ਮਦਦ ਕਰਦੇ ਆ ਫਿਰ ਤਾਂ ਉਹ ਵੀ ਬੜੇ ਉਹ ਅਗਰ ਰਾਸ਼ਟਰਵਾਦੀ ਆ ਵੀ ਹਾਂ ਵੀ ਹਿੰਦੁਸਤਾਨੀ ਆ ਬਈ ਇਹ ਇੰਡੀਅਨਸ ਨੇ ਜਦੋਂ ਆਪਣੇ ਹੱਕ ਦੀ ਗੱਲ ਕਰਦੇ ਆ ਫਿਰ ਅੱਤਵਾਦੀ ਆ ਇਹ ਖਾਲਿਸਤਾਨੀ ਆ ਇਹ ਫਲਾਣੇ ਆ ਧਮਾਕਿਆਂ ਨੂੰ ਭੰਡਿਆ ਜਾਂਦਾ ਇਹ ਸਰਕਾਰ ਦੀਆਂ ਗਲਤ ਨੀਤੀਆਂ ਤੇ ਸਰਕਾਰ ਚਾਹੁੰਦੀ ਕੀ ਆ ਕਿ ਸਾਡਾ ਸਾਰਾ ਹਿੰਦੂ ਰਾਸ਼ਟਰ ਹੋਵੇ ਇਹ ਇਹਨਾਂ ਨੇ 2 ਸਾਲ ਪਹਿਲਾਂ ਇਹਦਾ ਮੋਦੀ ਦਾ ਬਿਆਨ ਵੀ ਆਇਆ ਸੀਗਾ ਅਸੀਂ ਹਿੰਦੂ ਰਾਸ਼ਟਰ ਬਣਾਵਾਂਗੇ ਜਦੋਂ ਇਹਨਾਂ ਨੇ ਬਾਬਰੀ ਮਸਜਿਦ ਦੇ ਥਾਂ ਤੇ ਇਹਨਾਂ ਨੇ ਆਪਣਾ ਰਾਮ ਮੰਦਿਰ ਬਣਾਇਆ ਸੀਗਾ ਉਸ ਟਾਈਮ ਦੇ ਇਹਦੇ ਬਿਆਨ ਸੀਗੇ ਇਹਨਾਂ ਦੇ ਨੀਤੀਆਂ ਮਾਰੂ ਨੇ ਇਹ ਕਿਸਾਨ ਨਹੀਂ ਇਹ ਪੰਜਾਬ ਦੇ ਮੁੱਢ ਤੋਂ ਵੈਰੀ ਰਹੇ ਆ ਇਹ ਅੱਜ ਦੀ ਨਹੀਂ ਪਹਿਲਾਂ ਇਤਿਹਾਸ ਵੀ ਵੇਖਿਆ ਜਾਵੇ ਇਹ ਜਿਹੜੀ ਭਾਰਤ ਸਰਕਾਰ ਇੰਡੀਅਨ ਗੌਰਮੈਂਟ ਆ ਇਹ ਸਾਡੇ ਕਿਸਾਨ ਪੰਜਾਬੀ ਵੀਰਾਂ ਦੇ ਖਿਲਾਫ ਹੀ ਰਹੀ ਹੈ ਅੱਜ ਤੱਕ ਕੋਈ ਵੀ ਹੱਕ ਸਾਡੇ ਪੰਜਾਬ ਨੂੰ ਨਹੀਂ ਮਿਲਿਆ ਚਾਹੇ ਪਾਣੀ ਦੇ ਮੁੱਦੇ ਨੂੰ ਲੈ ਕਰ ਲਓ ਚਾਹੇ ਫਸਲ ਦੇ ਮੁੱਲ ਨੂੰ ਲੈ ਕਰ ਲਓ ਜਾਂ ਕੋਈ ਹੋਰ ਵੀ ਜਿਹੜੇ ਸਹੂਲਤਾਂ ਹੈਗੀਆਂ ਨੇ ਬਾਕੀ ਪਾਸੇ ਪਹਿਲਾਂ ਮਿਲ ਜਾਂਦੀਆਂ ਨੇ ਪਰ ਸਾਡੇ ਵੱਲ ਪੰਜਾਬ ਵਾਲੇ ਪਾਸੇ ਨਹੀਂ ਆਉਂਦੀਆਂ ਹੁਣ ਜਿਹੜੇ ਜਿੰਨੇ ਵੀ ਮੰਤਰੀ ਹੈ ਬੀਜੇਪੀ ਦੇ ਸਾਰੇ ਕ੍ਰਿਮੀਨਲ ਨੇ ਕਿਸੇ ਦਾ ਵੀ ਰਿਕਾਰਡ ਚੈੱਕ ਕਰ ਲਓ 80% ਤੋਂ ਵੱਧ ਇਹਨਾਂ ਦੇ ਕੇਸ ਚੱਲਦੇ ਨੇ ਐਕਟਿਵ ਕੇਸ ਨੇ ਜੇਲ੍ਹਾਂ ਚੋਂ ਬਿਨਾਂ ਲੈ ਕੇ ਬੈਠੇ ਹੋਏ ਨੇ ਬਾਹਰ ਜਦੋਂ ਉਹ ਪੋਲਿਟਿਕਸ ਵਿੱਚ ਆਉਂਦੇ ਨੇ ਉਹ ਸਾਫ ਦੋ ਧੋਤੇ ਹੋ ਜਾਂਦੇ ਨੇ ਉਹਨਾਂ ਤੋਂ ਕੋਈ ਕੇਸ ਨਹੀਂ ਹੁੰਦਾ ਕਿਉਂਕਿ ਸਰਕਾਰ ਸਾਡੀ ਇਦਾਂ ਦੀ ਆ ਸਰਕਾਰ ਦੇ ਬੰਦੇ ਇੱਕ ਤੜੀ ਪਾਰ ਜਿਹੜਾ ਅਮਿਤ ਸ਼ਾਹ ਜਿਹੜਾ ਬਣਾਇਆ ਇਹਨਾਂ ਨੇ ਮਿਨਿਸਟਰ ਉਹ ਇੱਕ ਤੜੀ ਪਾਰ ਜਿਹਨੂੰ ਕਿ ਕੰਟਰੀ ਆਊਟ ਕੀਤਾ ਹੋਇਆ ਤੜੀ ਪਾਰ ਬੰਦੇ ਨੂੰ ਮੰਤਰੀ ਬਣਾਇਆ ਹੋਇਆ ਜੋ ਸਰਕਾਰਾਂ ਹੀ ਫੇਲ ਨੇ ਤੇ ਜਿਵੇਂ ਦੇ ਉਹਨਾਂ ਦੀ ਐਜੂਕੇਸ਼ਨ ਹੈ ਉਵੇਂ ਦਾ ਹੀ ਅੱਗੇ ਸਿਸਟਮ ਚਲਾ ਰਹੇ ਨੇ ਹੋ ਗਿਆ ਕਿ ਛੋਟੀ ਜਿਹੀ ਬ੍ਰੇਕ ਦਾ ਪ੍ਰੈਸ ਇਸੇ ਤਰ੍ਹਾਂ ਜੁੜੇ ਰਹੋ ਜਸ ਟੀਵੀ ਦੇ ਨਾਲ ਆਪਾਂ ਇੱਕ ਛੋਟੀ ਬ੍ਰੇਕ ਲਵਾਂਗੇ ਤੇ ਉਸੇ ਤਰ੍ਹਾਂ ਵਾਪਸ ਆਉਂਦੇ ਹਾਂ ਫਿਰ ਗੱਲਬਾਤ ਜਾਰੀ ਰਹੇਗੀ ਇਹ ਕਮਿਊਨਿਟੀ ਕਨੈਕਟ ਤੇ ਇਸੇ ਤਰ੍ਹਾਂ ਹੀ ਕਮਿਊਨਿਟੀ ਦੀ ਗੱਲ ਕਰਾਂਗੇ ਜੇ ਛੋਟੀ ਜਿਹੀ ਬ੍ਰੇਕ ਧੰਨਵਾਦ ਇਹ ਬ੍ਰੇਕ ਤੋਂ ਬਾਅਦ ਫਿਰ ਹਾਜ਼ਰ ਹਾਂ ਇੱਕ ਵਾਰ ਕੁਛ ਨਵੀਆਂ ਹੋਰ ਗੱਲਾਂ ਲੈ ਕੇ ਜੋ ਆਪਾਂ ਸਾਂਝੀਆਂ ਕਰਾਂਗੇ ਤੁਹਾਡੀਆਂ ਜੋ ਪਿਛਲੇ ਕੁਛ ਦਿਨਾਂ ਵਿੱਚ ਸੁਣਨ ਨੂੰ ਮਿਲੀਆਂ ਜਿਹੜੀਆਂ ਸਪੈਸ਼ਲੀ ਵੀਕਐਂਡ ਤੇ ਜਿਸ ਤਰ੍ਹਾਂ ਸਾਰਿਆਂ ਨੂੰ ਪਤਾ ਹੋਣਾ ਕਿ ਕਿਸਾਨਾਂ ਨੇ ਮੁੜ ਤੋਂ ਫਿਰ ਇੱਕ ਵਾਰ ਜਿਹੜਾ ਵਾਰ ਹੈ ਉਹ ਸਰਕਾਰ 'ਤੇ ਕਰਤਾ ਹੈ ਕੇਂਦਰ ਸਰਕਾਰ 'ਤੇ ਜਿਹੜਾ ਉਹਨਾਂ ਨੇ ਬੜਾ ਹੀ ਵਧੀਆ ਤਰੀਕੇ ਦੇ ਨਾਲ ਚਿੱਠੀ ਲੈ ਕੇ ਅਤੇ ਆਪਣੀਆਂ ਮੰਗਾਂ ਲੈ ਕੇ ਉਹਨਾਂ ਨੂੰ ਵਾਪਸ ਹੀ ਮੋੜ ਦਿੱਤਾ ਕਿ ਤੁਸੀਂ ਦੱਸੋ ਤੁਸੀਂ ਕਿਹੜੇ ਕਿੱਦਾਂ ਗੱਲ ਕਰਨੀ ਮੁੱਖ ਦੀ ਗੱਲ ਇੱਥੇ ਲੈਣ ਦੀ ਕਿ ਤੁਸੀਂ ਦੱਸੋ ਸਾਨੂੰ ਕਾਨੂੰਨ ਰੱਦ ਕਿੱਦਾਂ ਕਰਨੇ ਇਹਨਾਂ ਦੀ ਸੋਧ ਕਰਨੀ ਵਿੱਚ ਵਿਚਾਲੇ ਵਾਲੇ ਹੁਣ ਗੱਲ ਇੱਥੇ ਆ ਗਈ ਕਿ ਮਨ ਦੀ ਸਰਕਾਰ ਵੀ ਨਹੀਂ ਅਤੇ ਮੋਹਰੇ ਵੀ ਪੰਜਾਬੀ ਨੇ ਜਿਹੜੀ ਗੱਲ ਹੁਣ ਦੋਨੇ ਪਾਸੇ ਆਪਾਂ ਪੰਜਾਬੀ 'ਚ ਕਹਿ ਦਿੰਦੇ ਕਿ ਕੁੰਡੀਆਂ ਦੇ ਸਿੰਘ ਫਸ ਗਏ ਸਰਕਾਰ ਨੇ ਹੁਣ ਉਹ ਇੱਕ ਕੌਮ ਨਾਲ ਪੰਗਾ ਲੈ ਲਿਆ ਜਿਨ੍ਹਾਂ ਨੇ ਅੱਜ ਤੱਕ ਸੇਵਾ ਵੀ ਕੀਤੀ ਨਾ ਉਹ ਜ਼ੁਲਮ ਕਰਦੇ ਅਤੇ ਨਾ ਜ਼ੁਲਮ ਸਹਿੰਦੇ ਪੰਜਾਬੀਆਂ ਦੀ ਇਹ ਫਿਦਰਤ ਆ ਬਾਹਰਲੇ ਮੁਲਕਾਂ 'ਚ ਵੀ ਉਹ ਗਏ ਨੇ ਉੱਥੇ ਵੀ ਜਾ ਕੇ ਉਹਨਾਂ ਨੇ ਕੜੀਆਂ ਮਿਹਨਤਾਂ ਕੀਤੀਆਂ ਪੰਜਾਬ 'ਚ ਵੀ ਕੜੀਆਂ ਮਿਹਨਤਾਂ ਕੀਤੀਆਂ ਇੱਕ ਉਹ ਮੁਲਕ ਜਿਹੜਾ ਬਾਹਰੋਂ ਕਣਕ ਦਾ ਅਤੇ ਝੋਨਾ ਲੈ ਕੇ ਆਪਣੇ ਦੇਸ਼ ਦੀ ਜਿਹੜੀ ਪਬਲਿਕ ਹੈ ਉਹਨੂੰ ਪਾਲਦਾ ਸੀ ਇੱਕ ਪੰਜਾਬ ਹੀ ਹੈ ਜਿਨ੍ਹਾਂ ਨੇ ਇਹਨਾਂ ਨੂੰ ਸਰਪਲਸ ਦੇ ਵਿੱਚ ਲੈ ਕੇ ਆਉਂਦਾ ਅਤੇ ਹੁਣ ਉਹਨਾਂ ਪੰਜਾਬੀਆਂ ਨੂੰ ਉਹ ਕਹਿੰਦੇ ਨੇ ਨਹੀਂ ਜੀ ਜੋ ਤੁਸੀਂ ਕਰ ਰਹੇ ਉਹ ਠੀਕ ਨਹੀਂ ਇਹ ਬਹੁਤ ਹੀ ਮੰਦਭੱਦੀ ਗੱਲ ਹੈ ਸਰਕਾਰ ਨੂੰ ਇਸ ਤਰ੍ਹਾਂ ਨਹੀਂ ਕਰਨਾ ਚਾਹੀਦਾ ਮੇਰੇ ਨਾਲ ਫਿਰ ਵੀ ਜੁੜੇ ਨੇ ਪ੍ਰਿੰਸਪਾਲ ਸਿੰਘ ਪ੍ਰਿੰਸਪਾਲ ਜੀ ਸ਼ਾਇਦ ਤੁਸੀਂ ਸੁਣ ਲਿਆ ਹੋਣਾ ਮੈਨੂੰ ਕਿ ਜੋ ਮੈਂ ਗੱਲ ਕਰ ਰਿਹਾ ਇਹ ਸਰਕਾਰਾਂ ਦੀ ਕਿ ਜਿੱਦਣ ਇਹਨਾਂ ਨੂੰ ਲੋੜ ਸੀ ਜਿੱਦਣ ਬਾਹਰੋਂ ਕਣਕ ਲਿਆ ਕੇ ਇੰਦਰਾ ਗਾਂਧੀ ਨੂੰ ਸਪੈਸ਼ਲੀ ਬਾਹਰਲੇ ਮੁਲਕਾਂ ਤੋਂ ਮਿਹਨਤਾਂ ਨਾ ਖਰੀਦਣੀ ਪੈਂਦੀ ਸੀ ਉਹ ਜਦੋਂ ਕਿਸਾਨਾਂ ਨੇ ਖੂਨ ਪਸੀਨੇ ਦੀ ਕਮਾਈ ਕਰਕੇ ਉਹ ਵੀ ਪੂਰੀ ਕਰ ਦਿੱਤੀ ਹੁਣ ਇਹ ਸਰਕਾਰਾਂ ਜਿਹੜਾ ਝੂਠ ਤੇ ਝੂਠ ਅੱਖਾਂ ਮੀਟ ਕੇ ਕੰਮ ਕਰ ਰਹੀਆਂ ਨੇ ਸਾਡੇ ਮੰਤਰੀ ਵੀ ਝੂਠ ਬੋਲੀ ਜਾਂਦੇ ਨੇ ਖੱਟੜ ਜਿਹੜਾ ਹਰਿਆਣੇ ਦਾ ਮੰਤਰੀ ਉਹ ਝੂਠ ਬੋਲੀ ਜਾਂਦਾ ਕਿ ਹਰਿਆਣਵੀਰ ਦੇ ਲੋਕੀ ਤਾਂ ਗਏ ਨਹੀਂ ਫਿਰ ਆਪਣੇ ਨਰਿੰਦਰ ਮੋਦੀ ਸਾਹਿਬ ਸ਼ਰੇਆਮ ਝੂਠ ਬੋਲਦਾ ਕਿ ਜਿਹੜੀ ਰਿਪੋਰਟ ਸੀ ਸਵਾਮੀ ਦੀ ਉਹ ਅਸੀਂ ਲਾਗੂ ਕਰਤੀ ਉਹ ਕੋਰਟ ਦੇ ਵਿੱਚ ਚਿੱਠੀ ਆ ਉਹ ਸਾਰਾ ਕੁਛ ਬਾਵਜੂਦ ਮੋਹਰੇ ਆਉਣ ਦੇ ਵੀ ਇਹ ਲੋਕ ਕਿਉਂ ਇਹ ਜਿਹੜੇ ਲੀਡਰ ਨੇ ਕਿਉਂ ਝੂਠ ਬੋਲਦੇ ਨੇ ਇੱਥੇ ਚਾਨਣਾ ਪਾਓ ਲੀਡਰ ਸਾਰੇ ਵਿਕੇ ਹੋਏ ਆ ਚਾਹੇ ਬੀਜੇਪੀ ਦਾ ਕੋਈ ਵੀ ਲੀਡਰ ਲੈ ਕੇ ਦੇਖ ਲਓ ਹੁਣ ਪੰਜਾਬ 'ਚ ਅਕਾਲੀਆਂ ਦਾ ਗੱਠਜੋੜ ਸੀਗਾ ਇਹਦੇ ਨਾਲ ਭਾਜਪਾ ਦੇ ਨਾਲ ਇਹਨਾਂ ਦਾ ਵੀ ਕਾਂਗਰਸੀਆਂ ਦਾ ਵੀ ਇਹ ਨਹੀਂ ਮੈਂ ਕਹਿੰਦਾ ਇੱਕ ਬੰਦੇ ਦੀ ਇਹਦਾ ਕੀਤਾ ਹੋਇਆ ਸਾਰਾ ਕੁਛ ਹੈ ਇਹ ਸਾਰਿਆਂ ਦੀ ਮਿਲੀ ਭੁਗਤ ਆ ਕਾਂਗਰਸ ਨੇ ਵੀ ਆਪਣੇ ਟਾਈਮ 'ਤੇ ਪੂਰਾ ਜ਼ੋਰ ਲਾਇਆ ਅਕਾਲੀਆਂ ਨੇ ਮਿਲ ਕੇ ਇਹ ਚੀਜ਼ ਨੂੰ ਲਾਗੂ ਕਰਵਾਇਆ ਜਦੋਂ ਹਰਸਿਮਰਤ ਕੌਰ ਬਾਦਲ ਇਸ ਚੀਜ਼ 'ਤੇ ਸਾਈਨ ਕਰਕੇ ਆ ਕੇ ਬਾਅਦ ਅਸਤੀਫਾ ਦੇ ਕੇ ਡਰਾਮੇ ਕਰਦੀ ਆ ਕਿ ਇੱਦਾਂ ਹੋ ਗਿਆ ਨਹੀਂ ਜੀ ਪਹਿਲਾਂ ਉਹੀ ਸਰਕਾਰ ਪਹਿਲਾਂ ਕਹਿੰਦੀ ਖੇਤੀ ਕਾਨੂੰਨ ਦੇ ਫਾਇਦੇ ਆ ਬਾਅਦ 'ਚ ਪਲਟਵਾਰ ਕੀਤਾ ਜੀ ਇਹਦਾ ਤੁਹਾਨੂੰ ਕਿਸਾਨ ਨੁਕਸਾਨ ਬਹੁਤ ਜ਼ਿਆਦਾ ਤੇ ਕੈਪਟਨ ਅਮਰਿੰਦਰ ਸਿੰਘ ਜਿਸ ਨੇ ਪੁਲਿਸ ਨੂੰ ਆਪਣੀ ਪੰਜਾਬ ਪੁਲਿਸ ਨੂੰ ਬੋਲ ਕੇ ਕਿਸਾਨਾਂ ਨੂੰ ਘਰੋਂ ਬਾਹਰ ਨਾ ਨਿਕਲ ਦਿੱਤਾ ਜਾ ਧਰਨੇ ਲਾਉਣ ਤੇ ਜਾਣ ਉਸਦੇ ਬਾਵਜੂਦ ਵੀ ਇਹਨਾਂ ਨੇ ਸ਼ੰਭੂ ਬੈਰੀਅਰ ਤੇ ਉੱਥੇ ਜਾ ਕੇ ਧਰਨਾ ਲਾਇਆ ਉਸ ਧਰਨੇ ਲਾਉਣ ਤੋਂ ਬਾਅਦ ਇਹਨਾਂ ਨੇ ਬਾਅਦ 'ਚ ਲੱਖਾਂ ਸਿਧਾਣਾ ਤੇ ਦੀਪ ਸਿੱਧੂ ਦੀ ਅਗਵਾਈ ਤੇ ਕੁਛ ਹੋਰ ਆਪਣੀਆਂ ਕਿਸਾਨ ਜਥੇਬੰਦੀਆਂ ਇਹਦੀ ਅਗਵਾਈ ਹੇਠ ਦਿੱਲੀ ਨੂੰ ਕੂਚ ਕੀਤਾ ਤੇ ਰਾਹ ਜਾਂਦੇ ਪੈਂਦਾ ਹਰਿਆਣਾ ਤੇ ਹਰਿਆਣਾ ਖੱਟਰ ਸਰਕਾਰ ਨੇ ਆਪਣੀ ਕੋਈ ਵੀ ਇਹੋ ਜਿਹੀ ਜਿਹੜੀ ਆ ਕਾਮ ਹੀ ਨਹੀਂ ਛੱਡੀ ਕਿਸਾਨਾਂ ਨੂੰ ਰੋਕਣ ਦੇ ਲਈ
ਉਹਨਾਂ ਨੇ ਕੀਤਾ ਕਿ ਰਾਹ ਦੇ ਵਿੱਚ ਉਹਨਾਂ ਨੇ ਬੈਰੀਗੇਡ ਲਾਏ, ਰੋਡ ਨੂੰ ਪੱਟਿਆ, ਕਾਫੀ ਕੁਛ ਹੋਰ ਬੜਾ ਕੁਛ ਉਹਨਾਂ ਨੇ ਕੀਤਾ ਤੇ ਉਹਨਾਂ ਨੇ ਕਾਫੀ ਕੁਛ ਕੀਤਾ ਇਹਦੇ ਵਿੱਚ ਤਾਂ ਕਿ ਕਿਸਾਨ ਦਿੱਲੀ ਨਾ ਪਹੁੰਚ ਸਕਣ। ਪਾਣੀ ਦੀਆਂ ਵਿਛਾੜਾਂ, ਰਬਰ ਬੁਲਟ, ਜੋ ਕੁਛ ਉਹਨਾਂ ਤੋਂ ਹੁੰਦਾ ਸੀਗਾ ਉਹਨਾਂ ਨੇ ਕੀਤਾ, ਪਰ ਕਿਸਾਨਾਂ ਦਾ ਹੌਸਲਾ ਇੰਨਾ ਬੁਲੰਦ ਸੀਗਾ ਤਾਂ ਕਿ ਉਹਨਾਂ ਨੇ ਹਰ ਇੱਕ ਚੀਜ਼ ਨੂੰ ਸਹਿੰਦੇ ਹੋਏ, ਆਪਣੀ ਪਾਣੀ ਦੇ ਬਿਸ਼ਾਰਾ ਆਪਣੀ ਛਾਤੀ ਤੇ ਸਹਿੰਦੇ ਹੋਏ, ਲਾਠੀਆਂ ਖਾਂਦੇ ਹੋਏ ਦਿੱਲੀ ਪਹੁੰਚੇ, ਦਿੱਲੀ ਦੇ ਬਾਰਡਰਾਂ ਤੇ ਜਾ ਕੇ ਰੋਕ ਦਿੱਤਾ ਕਿ ਕਿਸਾਨਾਂ ਨੂੰ ਉੱਤੋਂ ਅੱਤ ਦੀ ਸਰਦੀ। ਮੌਸਮ ਨੇ ਵੀ ਆਪਣੀ ਪੂਰੀ ਕਸਰ ਛੱਡੀ ਨਹੀਂ, ਉਹ ਠੰਡ ਬਹੁਤ ਜ਼ਿਆਦਾ ਆ ਕਿ ਉੱਥੇ -2 ਡਿਗਰੀ ਜਾਂ 2 ਡਿਗਰੀ ਦੇ ਟੈਂਪਰੇਚਰ ਹੁੰਦਾ ਜਾ ਰਿਹਾ, ਕਾਫੀ ਆ ਠੰਡ। ਠੰਡ ਇੱਕ ਠੰਡ ਹੁੰਦੀ, ਠੰਡ ਤੋਂ ਜ਼ਿਆਦਾ ਠੰਡ ਹੈ। ਇਹ ਖੁੱਲੇ ਵਿੱਚ ਸੌਣਾ ਜਿੱਥੇ ਕਿ ਨਾ ਕੋਈ ਬਹੁਤਾ ਪ੍ਰਬੰਧ ਹੈ ਗਰਮ ਪਾਣੀ ਦਾ, ਨਾ ਹੀਟ ਦਾ, ਨਾ ਲੈਟ ਦਾ ਬਹੁਤਾ ਪ੍ਰਬੰਧ, ਤੇ ਖਾਲਸਾ ਗੇਟ ਦਾ, ਬਾਕੀ ਹੋਰ ਸਿੱਖ ਸੰਸਥਾਵਾਂ, ਲੋਕਲ ਸੰਗਤਾਂ ਜਿਹੜੀਆਂ ਹਰਿਆਣੇ ਦੇ ਲੋਕ ਨੇ, ਪੰਜਾਬ ਦੇ ਲੋਕ ਨੇ ਜਿਹੜੇ ਉੱਥੇ ਸਬਜ਼ੀਆਂ, ਫਲ, ਦੁੱਧ ਜਿਹੜਾ ਕਿਸਾਨਾਂ ਦੀ ਸਹੂਲਤਾਂ ਵਾਸਤੇ ਭੇਜ ਰਹੇ ਨੇ, ਬਹੁਤ ਬਹੁਤ ਧੰਨਵਾਦ ਦਾ। ਪਰ ਜਿਹੜੇ ਲੀਡਰਾਂ ਦੀ ਹਰਾਮਖੋਰੀ ਹੈ ਉਹ ਚੀਜ਼ ਸਾਹਮਣੇ ਹੁਣ ਆ ਗਈ ਹੈ। ਜਿਹੜੀ ਵੀ ਪਾਰਟੀ ਹੈ ਇਸ ਵੇਲੇ ਹੁਣ ਰੂਲ ਕਰਦੀ ਹੈ, ਚਾਹੇ ਕਾਂਗਰਸ ਹੈ, ਅਕਾਲੀ ਹੈ, ਬੀਜੇਪੀ ਆ, ਇਹ ਸਾਰੀਆਂ ਪਾਰਟੀਆਂ ਤੋਂ ਉੱਠ ਕੇ ਜੇ ਕੋਈ ਨਵੀਂ ਪਾਰਟੀ ਜਿਹੜੀ ਕਿਸਾਨ ਹਿੱਤ ਦੀ ਗੱਲ ਕਰੇ ਜੀ, ਉਹ ਆਵੇ ਤਾਂ ਕਿ ਕਿਸਾਨਾਂ ਦਾ, ਪੰਜਾਬ ਦਾ, ਸਾਰੇ ਦੇਸ਼ ਦਾ ਭਲਾ ਹੋ ਸਕਦਾ। ਇਹ ਇੱਕ ਇਕੱਲੇ ਪੰਜਾਬ ਦੇ ਹਰਿਆਣੇ ਕਿਸਾਨ ਦੀ ਗੱਲ ਨਹੀਂ, ਇਹ ਕਿਸਾਨ ਸਾਰੇ ਭਾਰਤ ਦੇ, ਚਾਰੇ ਜਿੱਤਣ ਮਰ ਚਲ ਜਾਓ, ਕਰਨਾਟਕਾ ਚਲ ਜਾਓ, ਯੂਪੀ ਚਲ ਜਾਓ, ਉੱਤਰਾਖੰਡ ਚਲ ਜਾਓ ਜੀ, ਬਿਹਾਰ ਚਲ ਜਾਓ, ਸਾਰੇ ਹਰ ਕਿਸਾਨ ਉੱਠ ਕੇ ਬਾਹਰ ਆ ਚੁੱਕਿਆ। ਗੁਜਰਾਤ, ਆਹ ਮੋਦੀ ਕਹਿੰਦਾ ਕਿ ਗੁਜਰਾਤ ਦੇ ਕਿਸਾਨ ਨਹੀਂ ਬਾਹਰ ਆਏ, ਗੁਜਰਾਤ ਦੇ ਕਿਸਾਨ ਵੀ ਬਾਰਡਰਾਂ ਤੇ ਆ ਚੁੱਕੇ ਨੇ, ਰਾਜਸਥਾਨ ਦੇ ਕਿਸਾਨ ਬਾਰਡਰਾਂ ਤੇ ਆਏ ਨੇ। ਹੁਣ ਟੀਵੀ ਤੇ ਅਸੀਂ ਕਾਫੀ ਇੰਟਰਵਿਊਜ਼ ਦੇਖਦੇ ਨਾ ਇਹਨਾਂ ਦੀਆਂ, ਜਿੰਨੇ ਜਥੇਬੰਦੀਆਂ ਉੱਥੋਂ ਆਈਆਂ ਹੋਈਆਂ ਨੇ। ਮੋਦੀ ਝੂਠ ਤੇ ਝੂਠ ਬੋਲੀ ਜਾਂਦਾ, ਤੇ ਪਿਛਲੇ ਦਿਨੀ ਇਹਦੇ ਸੰਸਦ ਭਵਨ ਦੇ ਵਿੱਚ ਕਿਤੇ ਇਹਨਾਂ ਦੀ ਗੱਲ ਤੁਰੀ ਤੇ ਉੱਥੇ ਮੋਦੀ ਸਾਹਿਬ ਨੇ ਸੰਸਦ ਭਵਨ ਨੂੰ ਹੀ ਖਾਰਜ ਕਰਤਾ, ਗੱਲ ਹੀ ਨਹੀਂ ਕਰਨ ਦਿੱਤੀ ਉਸ ਚੀਜ਼ ਕਿਸਾਨੀ ਦੇ ਮੁੱਦੇ ਤੇ, ਗੱਲ ਹੀ ਨਹੀਂ ਕਰਨ ਦਿੱਤੀ। ਤੇ ਇਹ ਕਰਦੇ ਕੀ ਨੇ, ਉਹ ਹੋਇਆ ਕਿ ਪਿਛਲੇ ਦਿਨੀ 20 ਕਿਲੋਮੀਟਰ ਦੂਰ ਬਾਰਡਰ ਤੇ ਬੈਠੇ ਪੰਜਾਬੀ, ਪੰਜਾਬ ਹਰਿਆਣੇ ਦੇ ਜਿਹੜੇ ਕਿਸਾਨ ਬੈਠੇ ਨੇ, ਉਹਨਾਂ ਨੂੰ ਸੰਬੋਧਨ ਕਰਨ ਦੀ ਬਜਾਏ MP ਮੱਧਿਆ ਪ੍ਰਦੇਸ਼ ਉਧਰਲੇ ਪਾਸੇ ਜਾ ਕੇ, ਉੱਥੇ ਜਾ ਕੇ ਉਹ ਉਹਨਾਂ ਕਿਸਾਨਾਂ ਨੂੰ ਸੰਬੋਧਨ ਕਰ ਰਿਹਾ ਜਾ ਕੇ, ਜੋ ਕਿ ਬਿਲਕੁਲ ਗਲਤ ਹੈ। ਉਹਨਾਂ ਨੂੰ ਇਹ ਸਮਝਾ ਰਿਹਾ ਕਿ ਇਹਦੇ ਫਾਇਦੇ ਆ, ਉਹਦੇ ਵਾਸਤੇ ਇੱਕ ਬੁੱਕਲੈਟ, ਇੱਕ ਬਕਾਇਦਾ ਜਾਰੀ ਕੀਤੀ ਗਈ ਹੈ। ਉਸ ਬੁੱਕਲੈਟ ਦੇ ਵਿੱਚ ਇਹ ਲਿਖਿਆ ਗਿਆ ਕਿ ਇੱਕ ਕਾਨੂੰਨ ਦੇ ਫਾਇਦੇ ਨੇ, ਪਰ ਕਾਨੂੰਨ ਦੇ ਫਾਇਦਿਆਂ ਵਿੱਚ ਕਿਤੇ ਵੀ MSP ਨਹੀਂ ਲਿਖੀ ਗਈ, ਮਿਨੀਮਮ ਸਪੋਰਟ ਪ੍ਰਾਈਸ ਜਿਹੜੀ ਮਿਲਣੀ ਚਾਹੀਦੀ ਆ, ਕਿਉਂਕਿ ਇਹਨਾਂ ਦੀ ਜਾਨ ਹੀ ਉਹਦੇ ਵਿੱਚ ਆ। ਜਦੋਂ ਮਿਨੀਮਮ ਸਪੋਰਟ ਪ੍ਰਾਈਸ ਦੇਣਗੇ ਤਾਂ ਲੱਕ ਟੁੱਟਦਾ ਵੀ ਉੱਥੇ ਆਣ ਕੇ ਉਹਨਾਂ ਦਾ, ਉਹਨਾਂ ਨੂੰ ਕਿਸੇ ਹਾਲ ਵੀ ਉਹ ਰੇਟ ਘੱਟੋ ਘੱਟ ਦੇਣਾ ਹੀ ਪੈਣਾ ਹੈ, ਤੇ ਉਹ ਸਰਕਾਰ ਚਾਹੁੰਦੀ ਨਹੀਂ ਕਿ ਨਾ ਦਿੱਤਾ ਜਾਵੇ। ਬਿਹਾਰ ਦੇ ਵਿੱਚ ਵੀ ਉਹੀ ਕੁਛ ਹੋਇਆ ਤੇ ਕਿਸਾਨੀ ਉੱਥੇ ਵੀ ਮੰਦਾ ਹਾਲ ਹੈ, ਕਿਸਾਨੀ ਦਾ ਉੱਥੇ ਵੀ ਕਿਸਾਨ ਦਾ ਬਹੁਤ ਜ਼ਿਆਦਾ ਮੰਦਾ ਹਾਲ ਹੈ, ਕਿਉਂਕਿ ਉੱਥੇ ਮੰਡੀਆਂ ਨਹੀਂ ਹੈਗੀਆਂ। ਪੰਜਾਬ ਦੇ ਵਿੱਚ ਉਹ ਮੰਡੀਆਂ ਖਤਮ ਕਰਕੇ ਪ੍ਰਾਈਵੇਟ ਚੀਜ਼ਾਂ ਉਹ ਲੈ ਕੇ ਆਉਣਾ ਚਾਹੁੰਦੇ ਨੇ ਕਿ ਪ੍ਰਾਈਵੇਟ ਹੀ ਬੰਦਾ ਇਹਨੂੰ ਖਰੀਦੇਗਾ, ਜੋ ਸਰਕਾਰ ਨਹੀਂ ਖਰੀਦੂਗੀ ਅਨਾਜ ਨੂੰ ਹੁਣ ਕੌਣ ਖਰੀਦੂਗਾ। ਕਿਸਾਨ ਨੇ ਆਪਣੇ ਹੱਥ ਖੜੇ ਕਰਤੇ ਸੀ, ਕਿਉਂ ਖੜੇ ਕੀਤੇ ਆ, ਉਹਨਾਂ ਨੂੰ ਜਿਹੜੀਆਂ ਪ੍ਰਾਈਵੇਟ ਨੇ ਜਿਹੜਾ ਅੰਬਾਨੀ ਅੰਬਾਨੀ ਇਹਨਾਂ ਦੇ ਵਾਸਤੇ ਕੰਮ ਕਰਨਾ ਜੀ। ਜੀ ਇਹ ਸਰਕਾਰਾਂ ਦਾ ਜੀ, ਸਰਕਾਰਾਂ ਦਾ ਅਹਿਮ ਰੋਲ ਹੈ। ਸਰਕਾਰਾਂ ਜੋ ਕਰ ਰਹੀਆਂ ਨੇ, ਹੋ ਜੇ ਕਰਵਾ ਕੌਣ ਰਿਹਾ, ਕਰਵਾ ਰਿਹਾ ਅੰਬਾਨੀ ਅੰਬਾਨੀ, ਕਾਨੂੰਨ ਬਿੱਲ ਸਾਰੇ ਉਹ ਬਣਾ ਕੇ ਦੇ ਰਹੇ, ਇਹ ਸਿਰਫ ਲਾਗੂ ਕਰਵਾ ਰਹੇ। ਸਰਕਾਰਾਂ ਦਾ ਕੰਮ ਬਣਦਾ ਕਿ ਹਰ ਚੀਜ਼ ਨੂੰ ਚੰਗੇ ਤਰੀਕੇ ਦੇ ਨਾਲ ਪੂਰੇ ਪਾਰਲੀਮੈਂਟ ਦੇ ਵਿੱਚ ਨੂੰ ਉਸ ਕਾਨੂੰਨ ਦੀ ਉਹਦੀ ਪ੍ਰੋਪਰ ਜਿਹੜੀ ਹੈ ਡਿਬੇਟ ਕੀਤੀ ਜਾਵੇ, ਫਿਰ ਜਾ ਕੇ ਉਹਨੂੰ ਲਾਗੂ ਕੀਤਾ ਜਾਵੇ। ਇਹ ਧੱਕੇ ਨਾਲ ਹੀ ਇਹਨੂੰ ਲਾਗੂ ਕੀਤਾ ਗਿਆ, ਜਦੋਂ ਲਾਗੂ ਹੋਣ ਤੋਂ ਪਹਿਲਾਂ ਵੀ ਇਹਦਾ ਵਿਰੋਧ ਹੋ ਚੁੱਕਿਆ ਸੀਗਾ, ਇਹਨੂੰ ਧੱਕੇ ਨਾਲ ਫਿਰ ਦੁਬਾਰਾ ਲਾਗੂ ਕੀਤਾ ਗਿਆ। ਤੇ ਜਦੋਂ ਇਹਨੂੰ ਲਾਗੂ ਕਰਨਾ ਸੀਗਾ, ਉਦੋਂ ਅੱਧੀ ਰਾਤ ਬੁਲਾ ਕੇ ਇਹਨਾਂ ਨੇ ਆਪਣਾ ਜਿਹੜਾ GST ਦਾ ਜਦੋਂ ਕਰਾਇਆ ਸੀ ਇਹਨਾਂ ਨੇ, ਅੱਧੀ ਰਾਤ ਉਸ ਸੈਸ਼ਨ ਬੁਲਾ ਕੇ ਉਹਨੂੰ GST ਲਾਗੂ ਕਰਾਤਾ ਸੀਗਾ। ਤੇ ਹੁਣ ਜਦੋਂ ਆਪਾਂ ਇਹਨਾਂ ਨੂੰ ਸਰਕਾਰ ਨੂੰ, ਕਿਸਾਨ ਆਪਣੇ ਸਾਰੇ ਵੀਰ ਕਹਿੰਦੇ ਆ ਕਿ ਇਸ ਚੀਜ਼ ਤੇ ਦੁਬਾਰਾ ਤੁਸੀਂ ਡਿਬੇਟ ਕਰੋ, ਨਹੀਂ ਜੀ ਕਰੋਨਾ ਸੈਸ਼ਨ ਨਹੀਂ ਬੁਲਾ ਸਕਦੇ। ਜਦੋਂ ਤੁਸੀਂ ਲਾਗੂ ਕਰਨਾ ਸੀਗਾ ਉਦੋਂ ਕਰੋਨਾ ਨਹੀਂ ਸੀਗਾ, ਤੁਸੀਂ ਆਪਣੇ ਜਾ ਕੇ ਹੈਦਰਾਬਾਦ ਚ, ਬਿਹਾਰ ਚ, ਮੱਧਿਆ ਪ੍ਰਦੇਸ਼ ਤੇ ਆਪਣੇ ਚੋਣ ਪ੍ਰਚਾਰ ਕਰਨੀ ਸੀ, ਉੱਥੇ ਕਰੋਨਾ ਨਹੀਂ ਸੀਗਾ। ਜਦੋਂ ਤੁਸੀਂ ਕਿਸਾਨਾਂ ਦੇ ਹੱਕ ਦੀ ਗੱਲ ਕਰਨੀ, ਉੱਥੇ ਕਰੋਨਾ ਹੈ, ਸੈਸ਼ਨ ਨਹੀਂ ਬੁਲਾ ਸਕਦੇ। ਇਹ ਸਿਰਫ ਇੱਕ ਬਹਾਨਾ ਆ, ਤੇ ਤੜੀ ਪਾਰ ਵਿਕੀ ਹੋਈ ਸਰਕਾਰ, ਉਹਦਾ ਇੱਕ ਸਭ ਤੋਂ ਮਾੜੀ ਨੀਤੀ ਆ ਕਿ ਜਿਹਨਾਂ ਕੋਲ ਕਿਸਾਨ ਜਿਹੜੇ ਆ ਵਿਚਾਰੇ ਆ, ਆਪਣੀ ਮਿਹਨਤ ਕਰਕੇ ਇੱਕ ਫਸਲ ਨੂੰ ਪਾਲਦੇ, ਜਦੋਂ ਉਹਨਾਂ ਨੂੰ ਮੁੱਲ ਨਹੀਂ ਮਿਲੂਗਾ ਉਹਦਾ ਕਰਦੇ ਕੀ? ਆਖਿਰ ਤਾਂ ਹੀ ਪੰਜਾਬ 'ਚ ਖੁਦਕੁਸ਼ੀਆਂ ਤੇ ਜਿਹੜੇ ਕਰਜ਼ੇ ਉਹ ਸਾਰੇ ਵਧੇ ਨੇ, ਇਹ ਸਰਕਾਰ ਨੇ ਵਧਾਏ ਨੇ। ਸਾਡੀਆਂ ਫਸਲਾਂ ਜ਼ਰੀਲੀਆਂ ਸਰਕਾਰ ਨੇ ਕਰਾਈਆਂ, ਇਹਦੇ ਪਿੱਛੇ ਬਹੁਤ ਵੱਡੀ ਸਾਜਿਸ਼ ਹੈ। ਇਹ ਸਾਰਾ ਕੁਛ ਪਲੈਨਿੰਗ ਦੇ ਨਾਲ ਕੀਤਾ ਗਿਆ, ਇਹ ਕਦੇ ਇੱਕਦਮ ਨਹੀਂ ਹੋਇਆ, ਇਹ ਸਾਰਾ ਕੁਛ ਪਲੈਨਿੰਗ ਦੇ ਨਾਲ। ਜਿੱਦਾਂ ਹੁਣ ਵੇਖ ਰਹੇ ਆਪਾਂ, ਹੁਣ ਅੰਬਾਨੀਆਂ ਨੇ ਆਉਣਾ ਸੀਗਾ, ਇਹਨਾਂ ਨੇ ਆਉਣ ਤੋਂ ਪਹਿਲਾਂ ਆਪਣੇ ਗੋਦਾਮ, ਆਪਣੀਆਂ ਜਿਹੜੇ ਜਗ੍ਹਾ ਗੋਦਾਮ ਵਾਸਤੇ, ਸਟੋਰੇਜ ਵਾਸਤੇ ਥਾਵਾਂ ਖਰੀਦ ਚੁੱਕੇ ਪਹਿਲਾਂ ਤੋਂ ਹੀ। ਇਹ 4-5 ਸਾਲ ਪਹਿਲਾਂ ਇਹ ਕਬਜ਼ਾ ਕਰ ਚੁੱਕੇ ਸੀ ਥਾਂ ਤੇ, ਇਹ ਕਬਜ਼ਾ ਕਰਨ ਤੋਂ ਬਾਅਦ ਕਾਨੂੰਨ ਲਾਗੂ ਕਰਤਾ ਇਹਨਾਂ ਨੇ। ਇਹ ਸਰਕਾਰਾਂ ਦੀ ਬਹੁਤ ਵੱਡੀ ਪਲੈਨਿੰਗ ਆ ਜੀ। ਜੀ ਪ੍ਰਿੰਸ, ਇਸੇ ਤਰ੍ਹਾਂ ਜੁੜੇ ਰਹੋ, ਇੱਕ ਛੋਟੀ ਜਿਹੀ ਬ੍ਰੇਕ ਦਾ ਮੇਰਾ ਹੋ ਗਿਆ, ਮਿਲਦੇ ਹਾਂ ਛੋਟੀ ਜਿਹੀ ਬ੍ਰੇਕ ਤੋਂ ਬਾਅਦ, ਜੁੜੇ ਰਹੋ ਜਸ ਟੀਵੀ ਦੇ ਨਾਲ। ਧੰਨਵਾਦ। ਜਸ ਟੀਵੀ ਦੇ ਜ਼ਰੀਏ ਆਪਾਂ ਕਮਿਊਨਿਟੀ ਕਨੈਕਟ ਜੋ ਚਾਲੂ ਕੀਤਾ ਹੈ ਇੱਥੇ, ਜਾਂ ਸ਼ੁਰੂ ਕੀਤਾ ਹੈ ਜਾਂ ਸਟਾਰਟਿੰਗ ਕੀਤੀ ਹੈ, ਉਸ ਨੂੰ
ਉਹ ਵੀ ਆਪਾਂ ਦਿਖਾਉਣਾ ਤੇ ਦੂਸਰਾ ਇੱਥੇ ਜਿਹੜੇ ਲੋਕਲ ਬਿਜ਼ਨਸਮੈਨ ਨੇ ਉਹਨਾਂ ਨਾਲ ਵੀ ਆਪਣੀ ਗੱਲ ਹੁੰਦੀ ਰਹਿੰਦੀ ਆ ਕੁਛ ਲੋਕਲ ਜਿਹੜੇ ਬੰਦੇ ਜੁੜੇ ਹੋਏ ਨੇ ਆਪਣੇ ਨਾਲ ਆਪਾਂ ਉਹਨਾਂ ਦੀਆਂ ਵੀ ਗੱਲਾਂ ਕਰਾਂਗੇ ਐਂਡ ਤੇ ਗੱਲ ਇਹੀ ਆ ਕਿ ਕਮਿਊਨਿਟੀ ਕਨੈਕਟ ਲੈ ਕੇ ਜੋ ਵੀ ਕਮਿਊਨਿਟੀ ਦੇ ਵਿੱਚ ਵਿਚਰੇਗਾ ਉਹ ਆਪਾਂ ਇੱਥੋਂ ਇੰਡੀਅਨਐਪਲਿਸ ਤੋਂ ਬੈਠ ਕੇ ਜਸ ਟੀਵੀ ਦੇ ਜ਼ਰੀਏ ਪੂਰੇ ਵਰਲਡ ਦੇ ਵਿੱਚ ਦਿਖਾਵਾਂਗੇ ਤਾਂ ਕਿ ਲੋਕਾਂ ਨੂੰ ਪਤਾ ਲੱਗ ਸਕੇ ਉਹ ਜ਼ਮਾਨਾ ਬਹੁਤ ਪਿੱਛੇ ਰਹਿ ਗਿਆ ਜਦੋਂ ਸਾਡੀ ਚਿੱਠੀਆਂ ਨਾਲ ਗੱਲ ਹੁੰਦੀ ਹੁੰਦੀ ਸੀ ਹੁਣ ਤਾਂ ਗੱਲ ਉੱਥੇ ਆ ਗਈ ਕਿ ਮਿੰਟੋ ਮਿੰਟ ਜਿਹੜੀ ਖਬਰ ਅੱਜ ਇੱਥੇ ਚੱਲ ਰਹੀ ਹੈ ਜਾਂ ਚੱਲਣੀ ਹੈ ਜਾਂ ਆਉਣ ਵਾਲੇ ਸਮੇਂ ਦੇ ਵਿੱਚ ਚੱਲੂਗੀ ਉਹ ਆਪਾਂ ਕਮਿਊਨਿਟੀ ਤੱਕ ਪਹੁੰਚਦੀ ਕਰੀਏ ਤਾਂ ਕਿ ਜੋ ਉਸ ਧੱਕਾ ਇਸ ਵੇਲੇ ਸਰਕਾਰਾਂ ਇੰਡੀਆ ਦੇ ਵਿੱਚ ਕਰ ਰਹੀਆਂ ਨੇ ਉਹ ਉਦਾਂ ਦਾ ਕੰਮ ਨਾ ਹੋਵੇ ਤੇ ਸਾਰੀ ਕਮਿਊਨਿਟੀ ਜਲਦੀ ਜਲਦੀ ਜੁੜ ਕੇ ਚੰਗੇ ਕੰਮ ਨਾਲ ਵੀ ਜੁੜੇ ਤੇ ਜੇ ਕੋਈ ਧੱਕਾ ਹੋ ਰਿਹਾ ਉਹਦੇ ਲਈ ਵੀ ਜੁੜ ਕੇ ਆਪਾਂ ਇੱਕ ਦੂਜੇ ਦੀ ਸਾਂਝ ਪਾਈਏ ਇਸੇ ਤਰ੍ਹਾਂ ਹੀ ਆਪਣੇ ਜਿਹੜੇ ਲੋਕਲ ਬਿਜ਼ਨਸਮੈਨ ਹੁਣ ਜੁੜੇ ਨੇ ਆਪਾਂ ਕੁਛ ਤੁਹਾਨੂੰ ਤਸਵੀਰਾਂ ਵੀ ਦਿਖਾਵਾਂਗੇ ਜਿਹੜੇ ਇੱਕ ਰੈਸਟੋਰੈਂਟ ਦੀਆਂ ਇੱਥੇ ਜਿਹੜੇ ਬਹੁਤ ਹੀ ਮੇਰੇ ਨਿੱਘੇ ਦੋਸਤ ਨੇ ਜਿਹਨਾਂ ਦਾ ਇੰਡੀਆ ਕੁਜ਼ੀਨ ਲਖਵੀਰ ਜੌਲ ਜਿਹਨਾਂ ਨੇ ਇਸ ਵੇਲੇ 6-7 ਰੈਸਟੋਰੈਂਟ ਕਰ ਲੈਣੇ ਜਿਹੜੇ ਨਿਊਯਾਰਕ ਤੋਂ ਆਏ ਸੀ ਨਿਊਯਾਰਕ ਤੋਂ ਆ ਕੇ ਬੜਾ ਵੱਡਾ ਹੰਬੜਾ ਮਾਰਿਆ ਤੇ ਆਪਾਂ ਇਸ ਤਰ੍ਹਾਂ ਤੁਹਾਨੂੰ ਦਿਖਾ ਰਹੇ ਹਾਂ ਇਹ ਤਸਵੀਰਾਂ ਨੇ ਮਿੰਟ ਦੀਆਂ ਮਿੰਟ ਜੋ ਏਵਾਨ ਵਿੱਚ ਹੈ ਜਿਹੜਾ ਪਹਿਲੋਂ ਕਿਸੇ ਹੋਰ ਦੇ ਕੋਲ ਸੀ ਹੁਣ ਜੌਲ ਭਾਜੀ ਓਨ ਕਰਦੇ ਨੇ ਜਿਹਨਾਂ ਨੇ ਬਹੁਤ ਹੀ ਵਧੀਆ ਤਰੀਕੇ ਨਾਲ ਇਹਨੂੰ ਥੋੜ੍ਹਾ ਰਿਮਾਡਲ ਵੀ ਕਰ ਦਿੱਤਾ ਹੈ ਸਰਵਿਸ ਵਧਾ ਦਿੱਤੀ ਹੈ ਤੇ ਜਿਹਨਾਂ ਨੇ ਇੱਥੇ ਸ਼ੁਰੂਆਤ ਕਰ ਦਿੱਤੀ ਹੈ ਜਿਹੜੀਆਂ ਤਾਜ਼ੀਆਂ ਮਠਿਆਈਆਂ ਜਾਣੀ ਕਿ ਲੱਡੂ ਜਲੇਬੀਆਂ ਜੀ ਜਿਹੜੇ ਪੰਜਾਬੀਆਂ ਦਾ ਖਾਸ ਹੈ ਜਿਹੜੇ ਇੱਥੋਂ ਤੁਸੀਂ ਲੈ ਸਕਦੇ ਜਿਹੜੀ ਤਾਜ਼ੀ ਇਹ ਰੈਸਟੋਰੈਂਟ ਦੇ ਵਿੱਚ ਬਣਾਉਂਦੇ ਨੇ ਇੱਦਾਂ ਨਹੀਂ ਕਿ ਬਣੀ ਬਣਾਈ ਲੈ ਕੇ ਆਉਂਦੇ ਨੇ ਉੱਥੇ ਹੀ ਬਣਾਉਂਦੇ ਨੇ ਇਹ ਇਹਨਾਂ ਦੀ ਖਾਸੀਅਤ ਜਿਹੜੀ ਇਹਨੇ ਹੁਣੇ ਸ਼ੁਰੂ ਕੀਤੀ ਆ ਆ 15-20 ਦਿਨਾਂ ਦੇ ਵਿੱਚ ਹੀ ਸ਼ੁਰੂਆਤ ਕੀਤੀ ਆ ਤੇ ਇਹ ਖੁੱਲ੍ਹਾ ਹੁੰਦਾ ਹੈ ਰਾਤ 10 ਵਜੇ ਤੱਕ ਵੀ ਖੁੱਲ੍ਹਾ ਹੁੰਦਾ ਹੈ ਤੇ ਤੁਸੀਂ ਜ਼ਰੂਰ ਜਾਓ ਜਾ ਕੇ ਚੈੱਕ ਕਰੋ ਫੂਡ ਦੀ ਕੁਆਲਿਟੀ ਅੱਗੇ ਨਾਲੋਂ ਕਾਫੀ ਡਿਫਰੈਂਟ ਕਰਤੀ ਆ ਔਰ ਆਉਣ ਵਾਲੇ ਸਮੇਂ ਦੇ ਵਿੱਚ ਇਹਨਾਂ ਨੇ ਪਰਮਿਟ ਵੀ ਅਪਲਾਈ ਕੀਤਾ ਹੋਇਆ ਬੀਅਰ ਵਾਈਨ ਦੇ ਲੀਕਰ ਦਾ ਉਹ ਵੀ ਸੇਵਾਵਾਂ ਸ਼ੁਰੂ ਦੇਣ ਜਾ ਰਹੇ ਆ ਤੇ ਬਫੇ ਵੀ ਲਾਉਂਦੇ ਨੇ ਡੇਲੀ ਬਫੇ ਲਾਉਂਦੇ ਨੇ ਇਹ ਤੇ ਇਹਨਾਂ ਦਾ ਆਪਾਂ ਤਸਵੀਰਾਂ ਇਸ ਲਈ ਦਿਖਾ ਰਹੇ ਹਾਂ ਕਿ ਪਹਿਲਾਂ ਥੋੜ੍ਹੀ ਮਿਸਮੈਨੇਜਮੈਂਟ ਸੀਗੀ ਹੁਣ ਲਖਵੀਰ ਜੌਲ ਜੀ ਬੜੇ ਹੀ ਵਧੀਆ ਤਰੀਕੇ ਦੇ ਨਾਲ ਮੈਨਿਊ ਵੀ ਆਪਾਂ ਦਿਖਾ ਰਹੇ ਹਾਂ ਜਿਹੜੇ ਬੜੇ ਹੀ ਵਧੀਆ ਤਰੀਕੇ ਨਾਲ ਇਹਨਾਂ ਨੂੰ ਅਪਡੇਟ ਕਰ ਰਹੇ ਨੇ ਤੇ ਜ਼ਰੂਰ ਜਾਓ ਜਾ ਕੇ ਇੱਕ ਵਾਰੀ ਜ਼ਰੂਰ ਦੇਖੋ ਇਹ ਰੈਸਟੋਰੈਂਟ ਜਿਹੜਾ ਮਿੰਟ ਹੈ ਇਹ ਏਵਾਨ ਦੇ ਵਿੱਚ ਹੈ ਤੇ ਇਸੇ ਤਰ੍ਹਾਂ ਹੀ ਆਪਾਂ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਵੀ ਬਿਜ਼ਨਸ ਜਿਹੜੇ ਕੁਛ ਚੇਂਜ ਹੁੰਦੇ ਨੇ ਜਾਂ ਕੋਈ ਨਵੇਂ ਓਪਨ ਕਰਦੇ ਨੇ ਜਾਂ ਕਿਸੇ ਤਰ੍ਹਾਂ ਦਾ ਵੀ ਉਪਰਾਲਾ ਹੈ ਨਵਾਂ ਕੀਤਾ ਜਾਂਦਾ ਪੰਜਾਬੀ ਕਮਿਊਨਿਟੀ ਦੇ ਵਾਸਤੇ ਆਪਾਂ ਉਹਨੂੰ ਜ਼ਰੂਰ ਲੈ ਕੇ ਆਵਾਂਗੇ ਜੇ ਤੁਹਾਨੂੰ ਪਤਾ ਲੱਗਦਾ ਹੈ ਕਿ ਆਹ ਕਵਰੇਜ ਜਿਹੜੀ ਜਸ ਟੀਵੀ ਨੂੰ ਕਰਨੀ ਚਾਹੀਦੀ ਹੈ ਥਰੂ ਕਮਿਊਨਿਟੀ ਕਨੈਕਟ ਜਾਂ ਹੋਰ ਵੀ ਕਿਸੇ ਤਰੀਕੇ ਨਾਲ ਆਪਾਂ ਉੱਥੇ ਜ਼ਰੂਰ ਹਾਜ਼ਰ ਹੋਵਾਂਗੇ ਤੁਸੀਂ ਸਾਨੂੰ ਆਪ ਵੀ ਕਾਲ ਕਰਕੇ ਦੱਸ ਸਕਦੇ ਹੋ ਮੈਂ ਪਹਿਲਾਂ ਵੀ ਆਪਣਾ ਨੰਬਰ ਦੱਸਿਆ ਸੀ ਕਿ 317-538-85-85 ਮੈਂ ਬਿਲਕੁਲ ਲੋਕਲ ਹਾਂ ਅਤੇ ਲੋਕਲ ਜਿਹੜੀ ਕਮਿਊਨਿਟੀ ਨੂੰ ਕਨੈਕਟ ਕਰਨ ਦਾ ਮਤਲਬ ਇਹ ਹੈ ਕਿ ਤੁਹਾਨੂੰ ਕਿਸੇ ਤਰ੍ਹਾਂ ਦੀ ਵੀ ਚੀਜ਼ ਚਾਹੀਦੀ ਹੈ ਜਾਂ ਕੋਈ ਤੁਹਾਨੂੰ ਇਨਫੋਰਮੇਸ਼ਨ ਚਾਹੀਦੀ ਹੈ ਇਮੀਗ੍ਰੇਸ਼ਨ ਬਾਰੇ ਜਾਂ ਕੋਈ ਲੋਨ ਵਾਸਤੇ ਆਪਣੇ ਕੋਲ ਆਉਣ ਵਾਲੇ ਸਮੇਂ ਦੇ ਵਿੱਚ ਇਸ ਤਰ੍ਹਾਂ ਹਰ ਤਰ੍ਹਾਂ ਦੀ ਕਨੈਕਸ਼ਨ ਹਨ ਉਹਨਾਂ ਨੂੰ ਆਪਾਂ ਲੈ ਕੇ ਆਵਾਂਗੇ ਕਮਿਊਨਿਟੀ ਕਨੈਕਟ 'ਤੇ ਉੱਥੇ ਜਿਹੜੇ ਮੋਰਗੇਜ ਕਰਾਉਂਦੇ ਨੇ ਉਹ ਵੀ ਹੋਣਗੇ ਔਰ ਜਿਹੜੇ ਘਰ ਵੇਚਦੇ ਨੇ ਉਹ ਵੀ ਹੋਣਗੇ ਜਿਹੜੇ ਵਿਕਾਉਂਦੇ ਨੇ ਉਹ ਵੀ ਹੋਣਗੇ ਬਿਜ਼ਨਸ ਖਰੀਦਣ ਵੇਚਣ ਵਾਲੇ ਵੀ ਹੋਣਗੇ ਅਤੇ ਆਪਾਂ ਇਸੇ ਤਰ੍ਹਾਂ ਹੀ ਜਿਹੜੀਆਂ ਸਿਲਸਿਲਾ ਹੈ ਕਮਿਊਨਿਟੀ ਕਨੈਕਟ ਦਾ ਉਹ ਜ਼ਰੂਰ ਬਣਾਵਾਂਗੇ ਕਿਉਂਕਿ ਕਮਿਊਨਿਟੀ ਕਨੈਕਟ ਦੇ ਨਾਲ ਹੀ ਕਈ ਖਬਰਾਂ ਜਿਹੜੀਆਂ ਆਪਾਂ ਨੂੰ ਇੱਥੇ ਨਹੀਂ ਪਹੁੰਚਦੀਆਂ ਸੀ ਉਹ ਜ਼ਰੂਰ ਪਹੁੰਚਣਗੀਆਂ ਅਤੇ ਆਪਾਂ ਆਉਣ ਵਾਲੇ ਸਮੇਂ ਦੇ ਵਿੱਚ ਇੰਡੀਅਨਐਪਲਿਸ ਹੀ ਬੈਠ ਕੇ ਇੱਥੋਂ ਵੱਖ ਵੱਖ ਬੰਦਿਆਂ ਨਾਲ ਵੱਖ ਵੱਖ ਵਰਗਾਂ ਨਾਲ ਔਰ ਵੱਖ ਵੱਖ ਜਿਹੜੇ ਇਨਫੋਰਮੇਸ਼ਨ ਬੰਦੇ ਦੇਣੇ ਉਹਨਾਂ ਨਾਲ ਜੋੜਾਂਗੇ ਅਤੇ ਆਪਾਂ ਫਿਰ ਇੱਕ ਵਾਰ ਪ੍ਰਿੰਸ ਪਾਲ ਸਿੰਘ ਨੂੰ ਜੋ ਕੁਝ ਕੋਸ਼ਿਸ਼ ਕਰਾਂਗੇ ਜੋੜਨ ਦੀ ਕਿ ਉਹਨਾਂ ਤੋਂ ਜਾਂਦੇ ਜਾਂਦੇ ਪ੍ਰਿੰਸਪਾਲ ਜੀ ਫਿਰ ਤੁਹਾਡਾ ਬ੍ਰੇਕ ਤੋਂ ਬਾਅਦ ਨਿੱਘਾ ਸਵਾਗਤ ਹੈ ਅਤੇ ਪ੍ਰਿੰਸਪਾਲ ਜੀ ਇਸੇ ਤਰ੍ਹਾਂ ਮੈਂ ਗੱਲ ਕਰਦਾ ਪਿਆ ਸੀ ਇਹ ਮਿੰਟ ਰੈਸਟੋਰੈਂਟ ਦੀ ਸ਼ਾਇਦ ਤੁਸੀਂ ਦੇਖਿਆ ਵੀ ਹੋਣਾ ਤੁਸੀਂ ਵੀ ਮੇਰਾ ਖਿਆਲ ਟੀਵੀ ਦੇਖ ਰਹੇ ਹੋ ਜੁੜੇ ਹੋ ਤਾਂ ਆਪਾਂ ਇਸ ਤਰ੍ਹਾਂ ਦੀਆਂ ਜਿਹੜੀਆਂ ਕਮਿਊਨਿਟੀ ਦੀਆਂ ਖਬਰਾਂ ਨੇ ਉਹ ਲੈ ਕੇ ਆਉਣਾ ਚਾਹੁੰਦੇ ਹਾਂ ਕਿ ਤਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਕੋਈ ਵੀ ਜਿਹੜੀ ਕਮਿਊਨਿਟੀ ਦੀ ਗੱਲ ਆ ਉਹ ਪਿੱਛੇ ਨਾ ਰਹਿ ਜਾਵੇ ਸਾਨੂੰ ਪਤਾ ਲੱਗੇ ਕਿ ਹੁਣ ਜ਼ਮਾਨਾ ਹੀ ਜਿਹੜਾ ਹੈ ਉਹ ਟੀਵੀ ਦਾ ਜਾਂ ਆਪਣੇ ਮੀਡੀਆ ਦਾ ਮੀਡੀਆ ਦੇ ਥਰੂ ਆਪਾਂ ਬਹੁਤ ਕੁਛ ਕਰ ਸਕਦੇ ਹਾਂ ਜਿਹੜਾ ਆਹ ਜੋ ਕੁਛ ਪੰਜਾਬ ਦੇ ਵਿੱਚ ਸਰਕਾਰਾਂ ਕਰ ਰਹੀਆਂ ਨੇ ਜਿਹੜੀ ਨੋਰਮਲ ਉੱਥੇ ਦੇ ਰਹਿਣ ਵਾਲੇ ਵਸਿੰਦੇ ਜਿੱਦਾਂ ਆਪਾਂ ਇੱਥੇ ਆ ਕੇ ਅਮੈਰੀਕਾ ਕੈਨੇਡਾ ਜਾਂ ਇੰਗਲੈਂਡ ਦੇ ਸਿਟੀਜ਼ਨ ਬਣ ਚੁੱਕੇ ਆ ਆਪਾਂ ਨੂੰ ਸਾਰੀਆਂ ਸਹੂਲਤਾਂ ਮਿਲਦੀਆਂ ਨੇ ਜੋ ਇੱਕ ਸਿਟੀਜ਼ਨ ਨੂੰ ਮਿਲਣੀਆਂ ਚਾਹੀਦੀਆਂ ਮੇਰਾ ਇਹ ਮੰਨਣਾ ਆ ਕਿ ਇੰਡੀਆ ਦੇ ਵਿੱਚ ਵੀ ਜਿਹੜੇ ਇੰਡੀਆ ਦੇ ਵਿੱਚ ਲੋਕ ਰਹਿੰਦੇ ਉਹਨਾਂ ਨੂੰ ਇੰਡੀਅਨ ਗੌਰਮੈਂਟ ਨੂੰ ਜ਼ਰੂਰ ਸੋਚਣਾ ਚਾਹੀਦਾ ਕਿ ਇਹ ਜੋ ਉਹ ਕਰ ਰਹੇ ਨੇ ਇਹ ਠੀਕ ਹੈ ਜਾਂ ਗਲਤ ਲੱਗਦਾ ਤਾਂ ਬਹੁਤ ਗਲਤ ਹੈ ਲੇਕਿਨ ਫਿਰ ਵੀ ਉੱਥੇ ਦੇ ਕੁਛ ਲੀਡਰ ਕੁਛ ਜਿਹੜੇ ਆਪਣਾ PMB ਜਿਹੜਾ ਆਪਾਂ ਕਹਿਣਾ ਚਾਹੁੰਦੇ ਹਾਂ ਇਹ ਉਹ ਹੁਣ ਉਹ ਗੱਲ ਹੋ ਗਈ ਆ ਕਿ ਪੁਰਾਣੀ ਪੰਜਾਬੀ ਦੀ ਕਹਾਵਤ ਆ ਕਿ ਜਦੋਂ ਕਿਸ਼ਤੀ ਡੁੱਬਣ ਲੱਗਦੀ ਹੈ ਸਭ ਤੋਂ ਪਹਿਲਾਂ ਚੂਹੇ ਹੀ ਛਾਲਾਂ ਮਾਰਦੇ ਨੇ ਪਾਣੀ 'ਚ ਉਹ ਹਾਲਾਤ ਹੋ ਗਏ ਕਿ ਜਿੰਨੇ ਲੀਡਰ ਆ ਜਿੰਨੇ ਮੰਤਰੀ
ਇਹਨਾਂ ਨੇ ਪਹਿਲਾਂ ਇਸ ਕਿਸ਼ਤੀ ਤੋਂ ਛਾਲਾਂ ਮਾਰ ਲਈਆਂ ਕਿ ਹੁਣ ਕਿਸ਼ਤੀ ਡੁੱਬਣ ਲੱਗੀ, ਲੇਕਿਨ ਇਹ ਭੁੱਲ ਗਏ ਕਿ ਇਹ ਜਿਹੜੀ ਕਿਸ਼ਤੀ ਆ ਇਹ ਕਿਸਾਨਾਂ ਦੀ ਕਿਸ਼ਤੀ ਆ, ਇਹ ਡੁੱਬਣੀ ਨਹੀਂ। ਕਿਸਾਨਾਂ ਨੇ ਇਹਨੂੰ ਮੋਢੇ ਲਾ ਕੇ, ਜਿਹੜੇ ਕਿਸਾਨਾਂ ਦੇ ਪੁੱਤਰ ਅਮਰੀਕਾ ਕੈਨੇਡਾ ਆ ਗਏ ਇੰਨੀਆਂ ਮੁਸ਼ਕਲਾਂ ਝੱਲ ਕੇ, ਉਹਨਾਂ ਦੀ ਕਿਸ਼ਤੀ ਡੁੱਬਣੀ ਨਹੀਂ। ਪਰ ਹੁਣ ਜਦੋਂ ਇਹਨਾਂ ਨੂੰ ਇਹ ਕਿਸ਼ਤੀ ਨਾ ਡੁੱਬਦੀ ਹੋਈ ਦਿਖਦੀ ਆ, ਹੁਣ ਹਰ ਕੋਈ ਮੰਤਰੀ ਆਲੇ ਦੁਆਲੇ ਨੂੰ ਜਾਂ ਜਿੰਨੇ ਆਪਣੇ MLA ਆ ਹੁਣ ਜ਼ੋਰ ਲੱਗਾ ਹੋਇਆ ਕਿ ਕਿਸ਼ਤੀ ਦੇ ਵਿੱਚ ਕਿੱਦਾਂ ਚੜੀਏ। ਹੁਣ ਬੜੀ ਹੈਰਾਨੀ ਵਾਲੀ ਗੱਲ ਆ ਕਿ ਸਰਕਾਰਾਂ ਨੂੰ ਹਾਰ ਮੰਨਣ ਦੀ ਬਜਾਏ ਉਹ ਹੁਣ ਲੱਭ ਲਏ ਨੇ ਕਿ ਇਹਨਾਂ ਨੂੰ ਕਿੱਦਾਂ ਤੋੜੀਏ। ਬਿਲਕੁਲ, ਆਪਣੀ ਗਲਤੀ, ਆਪਣੀ ਗਲਤੀ ਮੰਨ ਕੇ ਚਲੋ, ਗਲਤੀ, ਮੈਂ ਵੀ ਇਨਸਾਨ ਹਾਂ, ਤੁਸੀਂ ਵੀ ਇਨਸਾਨ, ਸਾਰੀ ਦੁਨੀਆਂ ਤੇ ਇਨਸਾਨ ਤੋਂ ਗਲਤੀ ਹੋ ਜਾਂਦੀ, ਕਿ ਇੱਕ ਛੋਟੀ ਗੱਲ ਆ ਕਿ ਚਲੋ ਜੀ ਗਲਤੀ ਹੋਈ, ਕੋਈ ਨਹੀਂ, ਜੇ ਕਾਨੂੰਨ ਤੁਹਾਨੂੰ ਨਹੀਂ ਚਾਹੀਦੇ ਤੇ ਆਪਾਂ ਨਹੀਂ ਦਿੰਦੇ। ਲੇਕਿਨ ਉਹ ਫਿਰ ਵੀ ਉਹ ਇਹ ਲੋਕਾਂ ਦਾ ਮੈਨੂੰ ਨਹੀਂ ਸਮਝ ਆਈ, ਤੁਸੀਂ ਵੀ ਥੋੜ੍ਹਾ ਚਾਨਣਾ ਪਾਓ ਕਿ ਜਿਹੜੀ ਆਉਣ ਵਾਲੀ ਜਨਰੇਸ਼ਨ ਆ, ਜਿੱਦਾਂ ਦੀਪ ਸਿੱਧੂ ਆ ਜਾਂ ਆਪਣੇ ਜਸ ਬਾਜਵਾ ਆ, ਨਾ ਆਪਣੇ ਕਈ ਮੁੰਡੇ ਤਾਂ ਜੁੜੇ ਆ ਜਿਹੜੇ ਪੜ੍ਹੇ ਲਿਖੇ ਨੇ, ਤੁਹਾਡਾ ਕੀ ਮੰਨਣਾ ਕਿ ਆਪਣੀ ਜਿਹੜੀ ਯੂਥ ਆ ਇਹਨਾਂ ਨੂੰ ਨਵੀਆਂ ਪਾਰਟੀ ਜਾਂ ਕੋਈ ਐਸੀ ਚੀਜ਼ ਲੈ ਕੇ ਆਉਣੀ ਚਾਹੀਦੀ ਜਿਹੜੀ ਕਿਸਾਨਾਂ ਦੀ ਗੱਲ ਕਰੇ, ਲੋਕਾਂ ਦੇ ਹਿੱਤਾਂ ਦੀ ਗੱਲ ਕਰੇ? ਕੀ ਕਹੋਗੇ ਇਸ ਬਾਰੇ? ਜੀ ਬਿਲਕੁਲ, ਤੁਹਾਡਾ ਸਵਾਲ ਬਹੁਤ ਵਧੀਆ ਹੈ ਤੇ ਚਾਹੀਦਾ ਵੀ ਏਦਾਂ। ਹੁਣ ਜਿੰਨੇ ਵੀ ਮੰਤਰੀ ਪੁਰਾਣੇ ਸੀਗੇ, ਕਾਂਗਰਸ ਸੀ, ਅਕਾਲੀ ਦੀ ਸਰਕਾਰ ਰਹੀ, ਭਾਜਪਾ ਦੀ ਰਹੀ ਆ, ਇਹ ਸਰਕਾਰਾਂ ਰਹੀਆਂ ਨਾਕਾਮਯਾਬ। ਹੁਣ ਚਾਹੀਦਾ ਕਿ ਸਾਰੀਆਂ ਇਹਨਾਂ ਪਾਰਟੀਆਂ ਤੋਂ ਉੱਠ ਕੇ ਇੱਕ ਇਹੋ ਜਿਹੀ ਪਾਰਟੀ ਬਣੇ ਜਿਹੜੇ ਕਿਸਾਨ ਹਿੱਤਾਂ ਦੀ ਗੱਲ ਕਰੇ, ਗਰੀਬਾਂ ਦੇ ਹੱਕਾਂ ਦੀ ਗੱਲ ਕਰੇ, ਹਿਊਮਨ ਰਾਈਟਸ ਦੀ ਗੱਲ ਕਰੇ। ਇੱਥੇ ਗੱਲ ਕੀ ਸੀਗੀ, ਹਿਊਮਨ ਰਾਈਟਸ ਦੀ ਬਹੁਤ ਵੱਡੀ ਵਾਇਲੇਸ਼ਨ ਹੋਈ ਜਦੋਂ ਇਹ ਦਿੱਲੀ ਵੱਲੋਂ ਜਾ ਰਹੇ ਸੀਗੇ, ਰਾਹ ਦੇ ਵਿੱਚ ਪਾਣੀ ਦੀਆਂ ਵਿਛਾੜਾਂ, ਰਬੜ ਬੁਲੇਟਸ, ਲਾਠੀ ਚਾਰਜ, ਜੋ ਉੱਚ ਤਸ਼ੱਦਦ ਹੁੰਦਾ ਸੀਗਾ ਉਹਨਾਂ ਹੱਦ ਤੱਕ ਆਪਾਂ ਤਸ਼ੱਦਦ ਕੀਤਾ। ਤੇ ਜੇ ਕੋਈ ਨਵੀਂ ਪਾਰਟੀ ਉੱਠ ਕੇ ਆਉਂਦੀ ਆ, ਮੈਂ ਚਾਹੁੰਦਾ ਕਿ ਯੂਥ ਉੱਠ ਕੇ ਅੱਗੇ ਆਵੇ, ਕਿਉਂਕਿ ਯੂਥ ਨੂੰ ਹੁਣ ਨਵੀਂ ਸੋਝੀ ਆ, ਯੂਥ ਨੂੰ ਪੁਰਾਣਾ ਇਤਿਹਾਸ ਵੀ ਪਤਾ ਤੇ ਯੂਥ ਨੂੰ ਆਪਣਾ ਭਵਿੱਖ ਵੀ ਪਤਾ। ਜਿਹੜੇ ਪੁਰਾਣੇ ਬਜ਼ੁਰਗ ਸਾਡੇ ਹੈਗੇ ਨੇ ਉਹਨਾਂ ਨੂੰ ਨੀਤੀਆਂ ਪਤਾ ਨੇ ਪੁਰਾਣੀਆਂ, ਉਹਨਾਂ ਕੋਲ ਆਪਾਂ ਉਹਨਾਂ ਸਲਾਹ ਜ਼ਰੂਰ ਲਵਾਂਗੇ, ਪਰ ਜਦੋਂ ਯੂਥ ਉੱਠ ਕੇ ਅੱਗੇ ਆਊਗਾ ਸਰਕਾਰ ਤਾਂ ਹੀ ਕੰਮਦੀ ਆ। ਉਹਨਾਂ ਨੂੰ ਪਤਾ ਬਜ਼ੁਰਗਾਂ ਨੇ ਕਰਨਾ ਕਿ ਅੱਜ ਨਹੀਂ, 4-5 ਸਾਲ 10 ਸਾਲ ਬਾਅਦ ਉਹਨਾਂ ਨੇ ਤੁਰ ਜਾਣਾ, ਪਰ ਜਦੋਂ ਯੂਥ ਉੱਠ ਕੇ ਆਊਗਾ ਯੂਥ ਦੀ ਆਵਾਜ਼ ਵੱਖਰੀ ਹੁੰਦੀ ਆ। ਚਾਹੇ ਆਜ਼ਾਦੀ ਨੂੰ ਲੈ ਕੇ ਵੇਖ ਲਓ, ਉਦੋਂ ਭਗਤ ਸਿੰਘ ਨੇ ਆਵਾਜ਼ ਚੱਕੀ, ਯੂਥ ਸੀਗਾ, ਉਸ ਤੋਂ ਬਾਅਦ ਆਜ਼ਾਦੀ ਲਹਿਰ ਪੂਰੇ ਹਿੰਦੁਸਤਾਨ 'ਚ, ਪੂਰੇ ਇੰਡੀਆ 'ਚ ਫੈਲੀ, ਫਿਰ ਜਾ ਕੇ 47 ਜਾ ਕੇ ਆਜ਼ਾਦ ਹੋਇਆ। ਤੇ ਹੁਣ ਵੀ ਜੇ ਯੂਥ ਸਾਡੀ ਆਵਾਜ਼ ਚੱਕੂਗਾ, ਫਿਰ ਜਾ ਕੇ ਇਹੋ ਜਿਹੀਆਂ ਵਿਕਣੀਆਂ ਨਿਕੰਮੀਆਂ ਸਰਕਾਰਾਂ ਤੋਂ ਸਾਡੇ ਜਿਹੜੇ ਆ ਪੰਜਾਬ, ਹਰਿਆਣਾ ਜਿਹੜੇ ਵੀ ਹੈਗੇ ਨੇ, ਜਿਹੜੇ ਇਸ ਜ਼ਮੀਨੀ ਪੱਧਰ ਦੇ ਨਾਲ ਜੁੜੇ ਹੋਏ ਲੋਕ ਨੇ, ਉਹ ਤਾਂ ਇਸ ਨਿਕੰਮੀ ਸਰਕਾਰ ਤੋਂ ਆਜ਼ਾਦ ਹੋ ਸਕਣਗੇ। ਨਵੀਂ ਪਾਰਟੀ ਬਣ ਕੇ ਆਵੇ, ਸਾਰੇ ਦੂਜੀਆਂ ਪਾਰਟੀਆਂ ਤੋਂ ਉੱਠ ਕੇ ਇੱਕ ਸਾਂਝੀ ਪਾਰਟੀ ਬਣੇ, ਤੇ ਇਹਦੇ ਵਿੱਚ ਧਿਆਨ ਰੱਖਣਾ ਹੋਊਗਾ, ਗੱਦਾਰ ਤਾਂ ਬਹੁਤ ਹੋਣਗੇ, ਹਰ ਇੱਕ ਚਾਹੂਗਾ ਇਸ ਪਾਰਟੀ ਦਾ ਮੈਂ ਲੀਡਰ ਬਣਾ, ਮੈਂ ਬਣਾ ਦਾ, ਮੈਂ ਕੁਛ ਕਰਾਂ। ਪਰ ਇਹ ਯੂਥ ਜਿੱਦਾਂ ਹੁਣ ਲੱਖਾ ਸਿਧਾਣਾ, ਜਸ ਬਾਜਵਾ, ਦੀਪ ਸਿੱਧੂ ਆ, ਇਹ ਕੋਈ 4-5 ਹੋਰ ਯੋਧੇ ਹੈਗੇ ਨੇ ਜਿਹਨਾਂ ਨੇ ਇਸ ਸੰਘਰਸ਼ 'ਚ ਬਹੁਤ ਵੱਡਾ ਯੋਗਦਾਨ ਦਿੱਤਾ, ਉਹ ਮਿਲ ਕੇ ਇੱਕ ਚੰਗੀ ਪਾਰਟੀ ਬਣਾਉਣ, ਇੱਕ ਇਮਾਨਦਾਰ ਲੀਡਰ ਚੁਣਨ, ਜਿਹੜਾ ਨਾ ਵੇਖੇ, ਜਿਹੜਾ ਜਿਹਦਾ ਜ਼ਮੀਰ ਹੋਵੇ, ਕਿਉਂਕਿ ਅੱਜ ਵੇਖਿਆ ਜਾਂਦਾ ਕਿਸੇ ਦਾ ਜ਼ਮੀਰ ਨਹੀਂ ਹੈਗਾ ਕਿਸੇ ਲੀਡਰ ਦਾ ਵੀ। ਥੋੜ੍ਹਾ ਜਿਹਾ ਪਾਰਟੀ ਨੂੰ ਫੰਡ ਦੇ ਦਿੰਦੇ ਨੇ ਤਾਂ ਲੀਡਰ ਉਸ ਵੇਲੇ ਵਿਕ ਜਾਂਦਾ, ਉਹ ਵੀ ਤੂਤੀ ਬੋਲਣੀ ਸ਼ੁਰੂ ਕਰ ਦਿੰਦੇ। ਜਿਵੇਂ ਹੰਸਰਾਜ ਵੇਖ ਲਿਓ, ਇੱਕ ਗਰੇਵਾਲ ਨਾਮ ਦਾ ਪਤਨੀ ਕਿਹੜਾ ਸੀਗਾ, ਉਹ ਵੀ ਬੰਦਾ, ਇਹ ਵੀ ਕਹੀ ਜਾਂਦਾ ਕਿ ਇਹਦੇ ਫਾਇਦੇ ਬੜੇ ਆ। ਕੈਪਟਨ ਅਮਰਿੰਦਰ ਸਿੰਘ, ਉਹ ਵੀ ਜੀ ਬਹੁਤ ਖੇਤੀ ਦੇ ਫਾਇਦੇ ਨੇ। ਜੇ ਖੇਤੀ ਦੇ ਇੱਡੇ ਫਾਇਦੇ ਨੇ, ਛੱਡੋ ਆਪਣੀਆਂ ਕੁਰਸੀਆਂ ਦਿਓ ਕਿਸਾਨਾਂ ਨੂੰ, ਖੇਤੀ ਕਰੋ ਉਹਨਾਂ ਜ਼ਮੀਨਾਂ ਤੇ ਆ ਕੇ। ਜੀ ਜੀ ਜੀ, ਜ਼ਰੂਰੀ, ਜੇ ਤੁਹਾਨੂੰ ਇਹਦੇ ਇੰਨੇ ਫਾਇਦੇ ਲੱਗਦੇ, ਤੁਸੀਂ ਖੇਤੀ ਕਰ ਲਓ, ਅਸੀਂ ਕੁਰਸੀ ਸਾਂਭ ਲੈਂਦੇ। ਜੀ ਪ੍ਰੈਸੇ, ਜੀ ਜੀ, ਇਹ ਪ੍ਰੈਸਾ ਮੈਂ ਦੱਸਣਾ ਚਾਹੁੰਦਾ ਕਿ ਕੁਰਸੀ ਜਿਹੜੀ ਹੈ ਕਿ ਉਹ ਛੱਡਣੀ ਬਹੁਤ ਹੀ ਔਖੀ ਆ। ਕੁਰਸੀ ਛੱਡਣ ਨੂੰ ਬਹੁਤ ਕੁਛ ਛੱਡਣਾ ਪੈਂਦਾ, ਆਪਣੀ ਜਿਹੜੀ ਤੁਹਾਡੀ ਜ਼ਮੀਰ ਆ ਉਹ ਜਾਗਦੀ ਰੱਖਣੀ ਪੈਂਦੀ ਆ, ਲੇਕਿਨ ਇਹ ਸਾਰਾ ਕੁਛ ਇਹ ਨਹੀਂ ਕਰ ਸਕਦੇ। ਧੰਨਵਾਦ।